ਹਮੇਸ਼ਾ ਦੀ ਤਰ੍ਹਾਂ ਅੱਜ ਸਾਡੇ ਨਾਲ ਜੁੜਨਗੇ ਰੀਅਲ ਸਟੇਟ ਤੇ ਲੋਨ ਦੀਆਂ ਸੇਵਾਵਾਂ ਦਿੰਦੇ ਬਹੁਤ ਹੀ ਬਾਹਰ ਇਸ ਕੰਮ ਦੇ ਤੇ ਬੜਾ ਨਾਮ ਉਹਨਾਂ ਨੇ ਆਪਣਾ ਬਣਾਇਆ ਕਿਉਂਕਿ ਓਨੈਸਟੀ ਇਜ਼ ਦ ਬੈਸਟ ਪਾਲਿਸੀ ਬਹੁਤ ਇਮਾਨਦਾਰ ਨੇ ਅਤੇ ਮੰਗਲ ਸੋਮਵਾਰ ਦਾ ਦਿਨ ਜਿਹੜਾ ਉਹ ਅਸੀਂ ਇਹਨਾਂ ਵਾਸਤੇ ਰਾਖਵਾਂ ਰੱਖਿਆ ਹੋਇਆ ਕਿ ਅਸੀਂ ਗੱਲਬਾਤ ਕਰਦੇ ਹਾਂ ਅੱਜ ਦੇ ਜਿਹੜੇ ਰੀਅਲ ਸਟੇਟ ਦੇ ਵਿੱਚ ਕੀ ਵਾਪਰ ਰਿਹਾ ਲੋਨ ਕਿੱਥੇ ਖੜ੍ਹਾ ਹੈ ਅਤੇ ਘਰਾਂ ਦੀਆਂ ਕੀਮਤਾਂ ਕਿੱਥੇ ਜਾ ਰਹੀਆਂ ਨੇ ਅਤੇ ਇਹ ਸਾਰੀਆਂ ਗੱਲਾਂ ਬਾਤਾਂ ਕਰਨ ਵਾਸਤੇ ਸਾਡੇ ਨਾਲ ਜ਼ੈਂਡਰ ਮੌਰਗੇਜ ਦੇ ਮੋਹਨ ਚੀਮਾ ਜੀ ਸਾਡੇ ਨਾਲ ਜੁੜਨਗੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਮੋਹਨ ਚੀਮਾ ਜੀ ਸਭ ਤੋਂ ਪਹਿਲਾਂ ਨਿੱਘਾ ਸਵਾਗਤ ਹੈ ਪ੍ਰੋਗਰਾਮ ਜਸਟ ਲਾਈਵ ਦੇ ਵਿੱਚ ਦਿਲਬਾਗ ਭਾਅ ਜੀ ਤੁਹਾਨੂੰ ਅਤੇ ਸਭ ਦਰਸ਼ਕਾਂ ਨੂੰ ਜਸਟ ਲਾਈਵ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਔਰ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਆਪਾਂ ਗੱਲਬਾਤ ਕਰਾਂਗੇ ਰੀਅਲ ਸਟੇਟ ਦੇ ਬਾਰੇ 'ਚ ਅਤੇ ਲੋਨ ਦੀਆਂ ਸੇਵਾਵਾਂ ਦੇ ਬਾਰੇ 'ਚ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਅੱਜ ਰੀਅਲ ਸਟੇਟ ਕਿੱਥੇ ਖੜ੍ਹੀ ਹੈ ਜੀ ਜੀ ਸੋ ਦਿਲਬਾਗ ਭਾਅ ਜੀ ਸ਼ੋਅ ਤੋਂ ਪਹਿਲਾਂ ਜਿਹੜੀ ਮੈਂ ਆਪਣੀ ਆਈਡੀ ਦੇ ਕੇ ਡਿਕਲੇਅਰ ਕਰਦਾ ਜਿਹੜੀ ਮੇਰੀ ਸਾਡੀ ਲੋਨ ਦੀ ਆਈਡੀ ਹੈਗੀ ਹੈ ਜੀ ਉਹ ਹੈਗੀ ਹੈ NMS ID ਨੰਬਰ 6989852 ਜਿਹੜੀ ਸਾਡੀ ਰੀਅਲ ਸਟੇਟ ਨਾਲ ਜੁੜੀ ਆਈ ਡੀ ਮੇਰੀ ਡੀ ਆਰ ਏ ਨੰਬਰ ਜਿਹੜਾ ਹੈਗਾ ਜੀ ਉਹ ਹੈਗਾ 02-06-7197 ਜਿਹੜੀ ਤਾਂ ਗੱਲਬਾਤ ਹੈਗੀ ਹੈ ਜੀ ਦਿਲਬਾਗ ਭਾਅ ਜੀ ਜੇ ਆਪਾਂ ਗੱਲ ਕਰੀਏ ਰੀਅਲ ਸਟੇਟ ਦੀ ਇਸ ਵੇਲੇ ਤੇ ਹਰ ਪਾਸੇ ਆਹੋ ਹੀ ਖ਼ਬਰ ਹੈਗੀ ਹੈ ਵੀ ਆਹ ਘਰ ਇਹਨਾਂ ਦਾ ਵੇਖਿਆ ਆਹ ਘਰ ਇਹਨਾਂ ਦਾ ਵੇਖਿਆ ਹਾਟ ਚੱਲ ਰਹੀ ਹੈ ਬਹੁਤ ਗਰਮ ਚੱਲ ਰਹੀ ਹੈ ਹਰ ਪਾਸੇ ਇਹੀ ਹਵਾਕਾਰ ਮਚੀ ਹੋਈ ਹੈ ਵੀ ਘਰ ਕਿੱਦਾਂ ਲਈ ਜੇ ਕਿੱਦਾਂ ਸਾਡੀ ਆਫਰ ਐਕਸੈਪਟ ਹੋ ਜੇ ਬਸ ਸਮਝ ਲਓ ਵੀ ਇਸ ਵੇਲੇ ਦੋ ਜਿਹੜੀਆਂ ਨਿਊਜ਼ ਮੇਨ ਚੱਲ ਰਹੀਆਂ ਇੱਕ ਕੋਵਿਡ ਦੀ ਗੱਲਬਾਤ ਚੱਲਦੀ ਹੈ ਜੀ ਦੂਜੀ ਜਿਹੜੀ ਚੱਲਦੀ ਹੈ ਉਹ ਚੱਲਦੀ ਹੈ ਰੀਅਲ ਸਟੇਟ ਜੀ ਤੇ ਰੀਅਲ ਸਟੇਟ ਦੀ ਆਪਾਂ ਗੱਲ ਕਰੀਏ ਬਾਇਰ ਦੀ ਮਾਰਕੀਟ ਜ਼ਿਆਦਾ ਹੌਟ ਹੈ ਜਾਂ ਸੈਲਰ ਦੀ ਮਾਰਕੀਟ ਇਸ ਵੇਲੇ ਜ਼ਿਆਦਾ ਗਰਮ ਹੈ ਹਾਂਜੀ ਹਾਂਜੀ ਸੋ ਇਸ ਵੇਲੇ ਜਿਹੜਾ ਮੈਂ ਦੇਖ ਰਿਹਾ ਇਸ ਵੇਲੇ ਗੱਲਬਾਤ ਉਹ ਹੈਗੀ ਹੈ ਜੀ ਕਿ ਦੋਵੇਂ ਪਾਸੇ ਠੀਕ ਠਾਕ ਕੰਮ ਹੈਗਾ ਸੈਲਰਸ ਨੂੰ ਇਹ ਫਾਇਦਾ ਹੋ ਰਿਹਾ ਵੀ ਉਹਨਾਂ ਨੂੰ ਵੱਧ ਤੋਂ ਵੱਧ ਕਹਿ ਲਓ ਵੀ ਘਰਾਂ ਦੀਆਂ ਜਿਹੜੀਆਂ ਪ੍ਰਾਈਸ ਹੈਗੀਆਂ ਉਹ ਮਿਲ ਰਹੀਆਂ ਮਲਟੀਪਲ ਆਫਰ ਆ ਜਾਂਦੀ ਉਹਨਾਂ ਨੂੰ ਤੇ ਉਹਨਾਂ ਦੀ ਸੈਲਰਸ ਦੀ ਕਹਿ ਲਓ ਵੀ ਜਿਹੜੀ ਹੈਗੀ ਹੈ ਇਸ ਵੇਲੇ ਉਹ ਜ਼ਿਆਦਾ ਚੱਲ ਰਿਹਾ ਕਿਉਂਕਿ ਉਹਨਾਂ ਦੀ ਮਰਜ਼ੀ ਹੁੰਦੀ ਹੈ ਮੈਂ ਕਿੰਨੇ ਦਾ ਘਰ ਵੇਚਣਾ ਹੈਗਾ ਇਹ ਸੈਲਰਸ ਮਾਰਕੀਟ ਨੂੰ ਕਹਿੰਦੇ ਆ ਉਹ ਹੈਗੀ ਹੈ ਕਿ ਉਹੀ ਉਹ ਡਿਸਾਈਡ ਕਰ ਦੇਣਾ ਮੈਂ ਕਿੰਨੇ ਦਾ ਘਰ ਵੇਚਣਾ ਇਸ ਵੇਲੇ ਬਾਇਰਸ ਦੀ ਮਾਰਕੀਟ ਨਹੀਂ ਹੈਗੀ ਬਾਇਸ ਕਿਉਂ ਹੈਗੇ ਮਾਰਕੀਟ ਇੰਨੇ ਜ਼ਿਆਦਾ ਦਿਲਬਾਗ ਭਾਜੀ ਉਹਦਾ ਰੀਜ਼ਨ ਇਹ ਹੈਗਾ ਵੀ ਜਿਹੜੇ ਵਿਆਜ ਇਸ ਵੇਲੇ ਹੈਗੇ ਆ ਉਹ ਬੜੇ ਲੋਅ ਚੱਲ ਰਹੇ ਆ ਜੀ ਔਰ ਲੋਅ ਵਿਆਜ ਹੋਣ ਦੇ ਕਾਰਨ ਲੋਅ ਇੰਟਰਸਟ ਹੋਣ ਦੇ ਕਾਰਨ ਬੜੇ ਲੋਕਾਂ ਦਾ ਜਿਹੜਾ ਰੁਤਬਾ ਉਹ ਇਹ ਹੈਗਾ ਵੀ ਭਾਈ ਜੇ ਮੈਂ ਕਿਰਾਇਆ ਦਿੰਦਾ ਇੰਨਾ ਜ਼ਿਆਦਾ ਤੇ ਕਿਉਂ ਨਾ ਮੈਂ ਆਪਣਾ ਘਰ ਲੈ ਲਾਂ ਜੀ ਤੇ ਜਿਹੜੇ ਕੁਆਲੀਫਾਈ ਕਰਦੇ ਨੇ ਇਸ ਵੇਲੇ ਜਿਨ੍ਹਾਂ ਦੀਆਂ ਕਹਿ ਲਓ ਵੀ ਹਾਲੇ ਵੀ ਇਨਕਮ ਠੀਕ ਚੱਲ ਰਹੀ ਹੈ ਜਾਂ ਉਹਨਾਂ ਸਭ ਕੁਝ ਠੀਕ ਠਾਕ ਚੱਲਦਾ ਤੇ ਉਹ ਇਸ ਵੇਲੇ ਆਹ ਸੋਚਦੇ ਵੀ ਆਪਾਂ ਹੁਣ ਘਰ ਲੈ ਲਈਏ ਬਹੁਤ ਟਾਈਮ ਹੋ ਗਿਆ ਵੇਟ ਕਰਦੇ ਉੱਤੋਂ ਥੋੜ੍ਹਾ ਬਹੁਤਾ ਕੋਵਿਡ ਦਾ ਪ੍ਰੈਸ਼ਰ ਵੀ ਹੈਗਾ ਵੀ ਕੋਵਿਡ ਦੇ ਕਾਰਨ ਕਾਫ਼ੀ ਲੋਕਾਂ ਨੂੰ ਇਹ ਹੈਗਾ ਵੀ ਘਰੋਂ ਹੀ ਸਭ ਕੁਛ ਹੋ ਰਿਹਾ ਬੱਚੇ ਵੀ ਘਰੋਂ ਹੀ ਪੜ੍ਹਦੇ ਨੇ ਕਈ ਲੋਕੀ ਜਿਹੜੇ ਕੰਮ ਹੈਗੇ ਆ ਬੜੇ ਟੱਕੀ ਜਿਹੜੇ ਕੰਮ ਹੁੰਦੇ ਆ ਜਿਹੜੇ ਘਰਾਂ ਚ ਹੋ ਸਕਦੇ ਨੇ ਉਹ ਲੋਕੀ ਘਰਾਂ ਚੋਂ ਕਰ ਰਹੇ ਸੋ ਜਿਹੜਾ ਘਰ ਵੀ ਹੈਗਾ ਨਾ ਹੁਣ ਦਿਲਬਾਗ ਭਾਜੀ ਇੱਕ ਤਰ੍ਹਾਂ ਦਾ ਉਹ ਤੁਹਾਡਾ ਆਫਿਸ ਬਣ ਗਿਆ ਬਿਜ਼ਨਸ ਬਣ ਗਿਆ ਸਭ ਕੁਛ ਉੱਥੋਂ ਚੱਲਦਾ ਸੋ ਇਸ ਕਾਰਨ ਘਰਾਂ ਦੀ ਜਿਹੜੀ ਕਹਿ ਲਓ ਵੀ ਚਾਹਤ ਹੈਗੀ ਹੈ ਜਾਂ ਨੀਡ ਹੈਗੀ ਹੈ ਉਹ ਅੱਗੇ ਨਾਲ ਬਹੁਤ ਜ਼ਿਆਦਾ ਵੱਧ ਗਈ ਹੈ ਸੋ ਇਸ ਵੇਲੇ ਦੋਵੇਂ ਪਾਸੇ ਹੀ ਕਹਿ ਲਓ ਵੀ ਕੰਮ ਜਿਹੜਾ ਹੈਗਾ ਗਰਮੋ ਗਰਮ ਚੱਲ ਰਿਹਾ ਜੀ ਠੀਕ ਹੈ ਜੀ ਤੁਸੀਂ ਹੁਣ ਜ਼ਿਕਰ ਕੀਤਾ ਕਿ ਸੈਲਰ ਦੀ ਜਿਹੜੀ ਮਾਰਕੀਟ ਉਹ ਜ਼ਿਆਦਾ ਹਾਟ ਹੈ ਕਿਉਂਕਿ ਉਹਦੇ ਕੋਲ ਚੋਇਸ ਹੈ ਕਿ ਉਹ ਆਪਣੀ ਮੂੰਹ ਮੰਗੀ ਰਕਮ ਘਰ ਦੀ ਮੰਗ ਸਕਦਾ ਔਰ ਜਿਹੜਾ ਬਾਇਰ ਹੈ ਉਹਨੂੰ ਇਹ ਜਿਹੜਾ ਹੈਗਾ ਇੱਕ ਵਧੀਆ ਮੌਕਾ ਮਿਲ ਰਿਹਾ ਕਿ ਜਿਹੜੀ ਆਮ ਪਹਿਲਾਂ 4-5 ਜਾਂ ਇਸ ਤੋਂ ਵੀ ਮਹਿੰਗੇ ਇੰਟਰਸਟ ਰੇਟ ਹੋਇਆ ਕਰਦੇ ਸੀ ਅਤੇ ਹੁਣ ਅੰਡਰ 3% ਤਕਰੀਬਨ ਜਿਹੜਾ ਐਵਰੇਜ ਰੇਟ ਚੱਲ ਰਿਹਾ ਜਿਹੜੀ ਜੇ ਗੱਲ ਕਰੀਏ ਆਪਾਂ ਸੈਲਰ ਦੀ ਮੰਨ ਲਓ ਕਿ ਘਰ ਦੀ ਕੀਮਤ ਜਿਹੜੀ ਮਾਰਕੀਟ ਦੇ ਮੁਤਾਬਿਕ ਅੱਜ ਦੇ ਦਿਨ ਦੇ ਵਿੱਚ ਉਹ 3 ਲੱਖ ਦਾ ਘਰ ਹੈ ਅਤੇ ਜੇ ਉਹ ਆਪਣੀ ਘਰ ਦੀ ਪ੍ਰਾਈਸ ਥੋੜ੍ਹੀ ਵਧਾ ਕੇ ਮੰਗਣਾ ਚਾਹੁੰਦਾ ਤਾਂ ਕਿੱਥੇ ਕੁ ਤੱਕ ਤੁਹਾਨੂੰ ਲੱਗਦਾ ਕਿ ਉਹ ਰੀਜ਼ਨੇਬਲ ਜਿਹੜੇ ਹੈਗੀ ਆਫਰ ਮੰਗ ਸਕਦਾ ਹੈ ਹਾਂਜੀ ਸੋ ਜਿਹੜੀ ਇਸ ਵੇਲੇ ਸਪੋਰਟਸ ਕੋਲ ਜਿਵੇਂ ਤੁਸੀਂ ਐਗਜ਼ਾਮਪਲ ਦੇ ਦਿਓ ਵੀ ਕੋਈ 3 ਲੱਖ ਦਾ ਘਰ ਹੈਗਾ ਤੇ ਕਿੱਥੇ ਕੁ ਤੱਕ ਉਹ ਮੰਗ ਸਕਦੇ ਸਕਦੇ ਨੇ ਹੁਣ ਸਾਡੀ ਕੰਪਨੀ ਜ਼ੈਂਡਰ ਰੀਅਲ ਸਟੇਟ ਜਿਹੜੀ ਹੈਗੀ ਹੈ ਅਸੀਂ ਇਸ ਮਾਮਲੇ ਵਿੱਚ ਕੰਮ ਇਹ ਕਰਨੇ ਜੇ ਕਿਸੇ ਨੇ ਘਰ ਵੇਚਣਾ ਹੋਵੇ ਜਾਂ ਖਰੀਦਣਾ ਹੋਵੇ ਉਹਦੇ ਵਿੱਚ ਹੈਲਪ ਕਰਨੇ ਆ ਹੁਣ ਸਾਡੇ ਕੋਲ ਜਿਹੜੇ ਕਲਾਇੰਟਸ ਆਉਂਦੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਵੀ ਦੇਖੋ ਜਾਇਜ਼ ਪੈਸੇ ਮੰਗੋ
ਬਹੁਤੇ ਜ਼ਿਆਦਾ ਵੀ ਨਾ ਮੰਗੋ, ਕਿਉਂਕਿ ਇਹ ਨਾ ਹੋਏ ਵੀ ਇੰਨੀ ਜ਼ਿਆਦਾ ਹੁਣ 3 ਲੱਖ ਦਾ ਕਰ 3-80 ਮੰਗਣਾ ਸ਼ੁਰੂ ਕਰ ਦਿਓ ਤਾਂ ਕਿਸੇ ਨੇ ਲੈਣਾ ਜੀ। ਠੀਕ ਹੈ, ਅਸੀਂ ਸਭ ਨੂੰ ਇਹ ਰਿਕਮੈਂਡ ਕਰਨੇ ਵੀ ਜਿੰਨੀ ਘਰ ਦੀ ਵੈਲਿਊ ਕਿ ਉਨੇ ਮੰਗੋ। ਅੱਗੇ ਲੋਕਾਂ ਨੂੰ ਆਪਣੀ ਮਰਜ਼ੀ, ਕਿਸੇ ਨੇ 20,000 ਉੱਪਰ ਦੇਣਾ, ਕਿਸੇ ਨੇ 30,000 ਉੱਪਰ ਦੇਣਾ, ਉਹ ਉਹਨਾਂ ਦੀ ਮਰਜ਼ੀ। ਠੀਕ, ਉਹਨੂੰ ਕਹਿੰਦੇ ਬਿਡਿੰਗ ਵਾਰ। ਔਰ ਸੋ ਸਾਡੇ ਜਿਹੜੇ ਹਿਸਾਬ ਦੇ ਜਿਹੜੇ 3 ਲੱਖ ਦੇ ਘਰ ਹੈਗੇ ਆ, ਐਵਰੇਜ ਜਿਹੜੀ ਪ੍ਰਾਈਸ ਜਿਹਨਾਂ ਦੀ ਚੱਲਦੀ ਹੈ ਦਿਲਬਾਗ ਭਾਜੀ, ਉਹਨਾਂ ਉੱਪਰ 20-30,000 ਦੀ ਅੱਜ ਕੱਲ੍ਹ ਜਿਹੜੀ ਉਫਰ, ਉਸ ਤੋਂ ਉੱਪਰ ਆਉਣੀ ਜਿਹੜੀ ਨੋਰਮਲ ਦੀ ਗੱਲ ਇਸ ਵੇਲੇ ਚੱਲ ਰਹੀ ਹੈ ਜੀ। ਅਗਰ ਮਾਰਕੀਟ ਚ ਘਰ ਦੀ ਜਿਹੜੀ ਵੈਲਿਊ ਆ ਉਹ ਜਿਵੇਂ ਵੀ ਤੁਸੀਂ ਤੈਅ ਕਰਦੇ ਹੋ, ਤੇ ਉਹ ਅਗਰ ਉਹ 3 ਲੱਖ ਹੈ, ਘਰ ਦਾ ਜਿਹੜਾ ਮਾਲਕ ਹੈ ਉਹ ਮੰਗਦਾ ਕਿ ਮੈਂ 3,30,000 ਦਾ ਫੋਰ ਐਗਜ਼ਾਮਪਲ ਮੈਂ ਇਹ ਵੇਚਣਾ, ਤੇ ਲੋਨ ਤੇ ਉਹਨਾਂ ਨੂੰ ਬੈਂਕ ਨੇ 3 ਲੱਖ ਦਾ ਹੀ ਮਿਲੇਗਾ ਨਾ? ਹਾਂਜੀ, ਉਹਦੇ ਵਿੱਚ ਇਹ ਹੋ ਜਾਂਦਾ ਵੀ ਜੇ ਸਪੋਜ਼ ਕਰੋ ਹੁਣ ਤੁਸੀਂ ਘਰ 3 ਲੱਖ ਦਾ ਹੈਗਾ, ਤੁਸੀਂ ਆਫਰ ਭਰਤੀ 3-30, ਹਨਾ ਜੀ, ਹੁਣ 30,000 ਦਾ ਫਰਕ ਆ। ਬੈਂਕ ਨੇ ਬਿਲਕੁਲ, ਤੁਸੀਂ ਗੱਲ ਸਹੀ ਕਹੀ ਹੈ, ਬੈਂਕ ਨੇ ਐਕਸਟਰਾ ਪੈਸੇ ਨਹੀਂ ਦੇਣੇ ਘਰ ਦੇ, ਕਿਉਂਕਿ ਬੈਂਕ ਨੂੰ ਵੈਲਿਊ ਪਈ 3 ਲੱਖ ਦੀ। ਉਹ ਫਿਰ ਜਿਹੜੇ ਐਕਸਟਰਾ ਪੈਸੇ ਹੈਗੇ 30,000, ਉਹ ਤੁਸੀਂ ਆਪਣੀ ਡਾਊਨ ਪੇਮੈਂਟ ਤੋਂ ਉੱਪਰ ਦੇਣੇ। ਠੀਕ ਹੈ, ਮਤਲਬ ਤੁਸੀਂ ਕੈਸ਼ ਤੁਹਾਡੇ ਕੋਲ ਹੋਣਾ ਚਾਹੀਦਾ। ਹਾਂ, ਜੇ ਤੁਸੀਂ ਕਹੋ ਜੀ ਮੈਂ 10% ਡਾਊਨ ਦੇ ਕੇ ਲੋਨ ਕਰਾਉਣਾ, ਤਾਂ ਉਹ ਵੀ 30,000 ਦੀ ਦਿੱਤੀ ਡਾਊਨ ਪੇਮੈਂਟ ਘਰ ਦੀ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਤੁਹਾਨੂੰ 30,000 ਹੋਰ ਦੇਣਾ, ਫਿਰ ਤੁਹਾਡੇ ਉੱਪਰ 60,000 ਮੰਗੇ ਹੋਣ ਦੇਣਾ ਪਹਿਲਾਂ, ਤਾਂ ਤੁਹਾਨੂੰ 3-30 ਦਾ ਘਰ ਮਿਲ ਜਾ। ਠੀਕ ਹੈ ਜੀ, ਠੀਕ ਹੈ ਜੀ। ਅਤੇ ਬਾਕੀ ਜੇ ਆਪਾਂ ਲੋਨ ਦੀ ਗੱਲ ਕਰੀਏ, ਅੱਜ ਕੱਲ੍ਹ ਲੋਨ 'ਤੇ ਹਿਸਟੋਰੀਕਲ ਰੇਟਸ ਜਿਹੜੇ ਉਹ ਉਹਨਾਂ ਨੂੰ ਕਿਹਾ ਜਾ ਰਿਹਾ ਹੈ, ਅਤੇ ਕੀ ਅੱਜ ਦਾ ਜਿਹੜਾ ਰੇਟ ਵਗੈਰਾ ਕੀ ਹੈ? ਹਾਂਜੀ, ਆਹ ਤੁਹਾਡਾ ਬਹੁਤ ਅੱਛਾ ਸਵਾਲ ਹੈ ਜੀ। ਮੈਂ ਸਭ ਨੂੰ ਇਹ ਬੇਨਤੀ ਕਰਨਾ ਵੀ ਜਿਨ੍ਹਾਂ ਤੱਕ ਵੀ ਸਾਡਾ ਸੰਦੇਸ਼ ਪਹੁੰਚਦਾ, ਵੀ ਆਹ ਨੰਬਰ ਜਿਹੜਾ ਸਾਡਾ ਹੈਗਾ 5,69,905,75, ਅਤੇ ਇਸ ਨੰਬਰ 'ਤੇ ਕਾਲ ਕਰਕੇ ਆਪਣੇ ਮੌਰਗੇ ਦੇ ਸਵਾਲ ਜ਼ਰੂਰ ਪੁੱਛਿਆ ਕਰੋ, ਕਿਉਂਕਿ ਇਸ ਵੇਲੇ ਜਿਹੜੀ ਇੱਕ ਬੜੀ ਵੱਡੀ ਗੱਲਬਾਤ ਉਹ ਇਹ ਹੈਗੀ ਆ ਦਿਲਬਾਗ ਭਾਜੀ ਵੀ, ਰੀਫਾਈਨੈਂਸ ਕਰਾਈਏ ਕਿ ਨਾ ਕਰਾਈਏ ਜੀ। ਹਾਂਜੀ, ਹੁਣ ਸਾਰਿਆਂ ਨੂੰ ਅਸੀਂ ਇਹ ਰਿਕਮੈਂਡ ਕਰ ਰਹੇ ਹਾਂ ਵੀ ਇਸ ਵੇਲੇ ਇੱਕ ਜਿਹੜੀ ਬੜੀ ਵੱਡੀ ਚੀਜ਼ ਚੱਲ ਰਹੀ ਹੈ, ਉਹ ਜਿਹਦਾ ਬੜਾ ਜਿਹੜੀ ਸਾਡੇ ਕੋਲ ਬੜੀ ਡਿਮਾਂਡ ਆ ਰਹੀ ਹੈ, ਉਹ ਇਹ ਹੈ ਕਿ ਵੀ ਸਾਡੇ ਜਿਹੜੀ ਫੈਮਿਲੀਜ਼ ਨੇ ਉਹਨਾਂ ਨੇ ਇਹ ਤੈਅ ਕੀਤਾ ਕਿ ਜਾਂਦਾ ਵੀ ਅਸੀਂ ਆਪਣੀ ਜਿਹੜੀ ਮੌਰਗੇਜ ਹੈ ਜਿਹੜੀ 30 ਸਾਲ ਦੀ ਕਰਾਈ ਸੀ ਅੱਜ ਤੋਂ 5 ਸਾਲ ਪਹਿਲਾਂ ਜਾਂ 7 ਸਾਲ ਪਹਿਲਾਂ, ਵੀ ਉਹਨੂੰ ਅਸੀਂ 15 ਸਾਲ ਦੀ ਕਰਾ ਲਈਏ। ਠੀਕ ਹੈ ਜੀ, ਹੁਣ ਜੇ ਤੁਸੀਂ 15 ਸਾਲ ਦੀ ਕਰਾਓਗੇ ਉਸ ਮੌਰਗੇਜ ਨੂੰ, ਮੈਂ ਤਾਂ ਐਗਜ਼ਾਮਪਲ ਦੇ ਰਿਹਾ, ਜੇ ਤੁਹਾਡੇ ਘਰ ਦਾ ਲੋਨ ਬਾਲ 3.5 ਤੋਂ ਉੱਪਰ ਹੈਗਾ, ਘਰ ਦੇ ਵਿੱਚ ਜਿਹੜੀ ਐਕੁਇਟੀ ਹੈਗਾ ਉਹ ਕਹਿ ਲਓ ਵੀ ਐਕੁਇਟੀ ਜਿਹੜੀ ਘਰ ਦੀ ਬਣੀ ਹੋਈ ਹੈ, ਤੁਹਾਡੇ ਕੋਲ 20-25% ਘਰ ਦੀ ਐਕੁਇਟੀ ਵੀ ਹੈਗੀ ਹੈ, ਤੁਹਾਡਾ ਸਕੋਰ ਵੀ ਵਧੀਆ ਹੈਗਾ, ਕਹਿ ਲਓ ਵੀ 740 ਤੋਂ ਉੱਪਰ ਹੀ ਹੈਗਾ, ਤੁਹਾਡੀ ਇਨਕਮ ਵੀ ਵਧੀਆ ਚੱਲਦੀ ਹੈ, ਅਤੇ ਤੁਹਾਨੂੰ ਜਿਹੜੇ ਅੱਜ ਦੇ ਹਿਸਾਬ ਨਾਲ ਦਿਲਬਾਗ ਪਈ ਦਾ ਰੇਟ ਜਿਹੜਾ ਅੱਜ ਦਾ ਹੈਗਾ ਉਹ 2.5 ਹੈਗਾ ਜੀ, 2.5%। ਕਿਆ ਬਾਤ ਹੈ, ਫਿਕਸਡ ਇੰਟਰਸਟ ਰੇਟ। ਹਾਂਜੀ, APR ਜਿਹੜਾ ਹੈਗਾ ਉਹ 2.875 ਹੈਗਾ, ਤਾਂ ਤੁਸੀਂ ਆਹ ਸੋਚੋ ਕਿ ਅੱਜ ਦੇ ਟਾਈਮ ਦੇ ਵਿੱਚ $3.5 ਲੱਖ ਜੇ ਤੁਹਾਨੂੰ 2.5% ਦਾ ਮਿਲ ਰਿਹਾ, ਵੀ ਇਹੋ ਜਿਹਾ ਕਿਤੇ ਹੋਰ ਚੀਜ਼ ਸੁਣਿਆ ਕਦੀ, ਕੋਈ ਗੱਲਬਾਤ ਹੋਈ ਹੈ ਕਦੀ, ਇਹੋ ਜਿਹੀ ਗੱਲਾਂ ਕਿਤੇ ਨਹੀਂ ਹੁੰਦੀਆਂ ਪਈਆਂ ਇਸ ਵੇਲੇ, ਸਿਰਫ ਅਮੈਰੀਕਾ 'ਚ ਹੋ ਰਹੀਆਂ। ਸੋ ਜਿਨ੍ਹਾਂ ਨੇ ਇਸ ਵੇਲੇ ਰੀਫਾਈਨੈਂਸ ਨਹੀਂ ਕਰਾਇਆ, ਇਹ ਮੌਕਾ ਆਪਣੇ ਇੱਥੋਂ ਜਾਣ ਨਾ ਦਿਓ, ਕਿਉਂਕਿ ਇਹ ਇੱਕ ਜੋ ਚਲਾ ਜਾਊਗਾ ਨਾ, ਫਿਰ ਗੱਲਾਂ ਰਹਿ ਜਾਣੀਆਂ ਵੀ ਉਹ ਟਾਈਮ 'ਤੇ ਕਿਸੇ ਨੂੰ ਕਹਿਣਾ ਵੀ ਮੈਂ ਤਾਂ ਭਾਈ ਢਾਈ ਦਾ ਪਾ ਕੇ ਬੈਠਾ ਆਪਣੇ ਘਰ ਦਾ, ਮੈਨੂੰ ਕੋਈ ਲੋੜ ਨਹੀਂ ਕਿਤੇ ਜਾਣ ਦੀ। ਠੀਕ ਹੈ ਜੀ, ਬਿਲਕੁਲ ਠੀਕ ਕਿਹਾ ਤੁਸੀਂ। ਅਤੇ ਅਗਰ ਮੈਂ ਫਰੈਜ਼ਨੋ ਰਹਿੰਦਾ, ਫਰੈਜ਼ਨੋ ਦੀ ਗੱਲ ਕਰੀਏ, ਤਾਂ ਉੱਥੇ ਜਿਹੜੇ ਐਵਰੇਜ ਘਰ ਆ ਕੋਈ 2.5 ਤੋਂ 3 ਲੱਖ ਦੇ ਕਰੀਬ, ਆਪਣੇ ਇੰਡੀਅਨ ਸਟਾਈਲ ਜਿਹੜੇ ਘਰ ਵਧੀਆ ਵੱਡੇ ਘਰ ਮਿਲ ਜਾਂਦੇ ਆ, ਅਤੇ ਮੈਂ ਤਾਂ ਦਰਸ਼ਕਾਂ ਨੂੰ ਇਹੀ ਕਹੂੰਗਾ ਕਿ ਅਗਰ ਤੁਸੀਂ ਅਪਾਰਟਮੈਂਟ ਵਿੱਚ ਰਹਿ ਰਹੇ ਹੋ ਜਾਂ ਤੁਸੀਂ ਅਜੇ ਨਵੇਂ ਆਏ ਹੋ, ਤਾਂ ਤੁਸੀਂ ਮੋਹਨ ਚੀਮਾ ਜੀ ਹੋਰਾਂ ਨੂੰ ਮਿਲੋ ਜ਼ਰੂਰ, ਇਹਨਾਂ ਦੀ ਸਲਾਹ ਜ਼ਰੂਰ ਲਓ, ਕਿਉਂਕਿ ਜਿਹੜਾ ਤੁਸੀਂ ਰੈਂਟ ਦੇ ਰਹੇ ਹੋ ਉਹ ਤਾਂ ਇੱਕ ਤਰ੍ਹਾਂ ਦਾ ਮੋਹਨ ਚੀਮਾ ਜੀ ਖੂਹ 'ਚ ਪੈਸੇ ਸੁੱਟਣ ਵਾਲੀ ਗੱਲ ਹੈ। ਘਰ ਹੋਏਗਾ ਅਤੇ ਉਹ ਤੁਹਾਡੇ ਮੌਰਗੇਜ ਦੇ ਵਿੱਚੋਂ ਉਹ ਮਨਫੀ ਹੁੰਦੇ ਜਾਣਗੇ, ਅਤੇ ਲੋਅ ਰੇਟ ਹੈ, ਲੋਅ ਰੇਟ ਦਾ ਫਾਇਦਾ ਜਿਹੜਾ ਉਹ ਜ਼ਰੂਰ ਤੁਸੀਂ ਚੁੱਕੋ, ਅਤੇ ਸਕਰੀਨ 'ਤੇ ਲਿਖੇ ਹੋਏ ਨੰਬਰ 'ਤੇ ਮੋਹਨ ਚੀਮਾ ਜੀ ਹੋਰਾਂ ਦੇ ਨਾਲ ਤੁਸੀਂ ਜਿਹੜੀ ਗੱਲਬਾਤ ਕਰ ਸਕਦੇ ਹੋ। ਫਰੈਜ਼ਨੋ ਦੇ ਵੀ ਨਾਲ ਨਾਲ ਮੇਰਾ ਖਿਆਲ ਹੈ ਤੁਹਾਡੇ ਹੋਰ ਆਫਿਸਿਸ ਵੀ ਨੇ, ਅਤੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਲੋਕੇਸ਼ਨਸ ਕਿੱਥੇ ਕਿੱਥੇ ਨੇ ਅਤੇ ਕਿੱਥੇ ਕਿੱਥੇ ਤੁਹਾਡੀਆਂ ਸੇਵਾਵਾਂ ਪ੍ਰੋਵਾਈਡ ਤੁਸੀਂ ਕਰ ਰਹੇ ਹੋ। ਹਾਂਜੀ, ਸੋ ਦੁਬਾਰਾ ਭਾਈ ਜਿਹੜੀ ਤੇ ਗੱਲ ਹੈਗੀ ਹੈ ਸਰਵਿਸਿਸ ਦੀ ਵੀ ਅਸੀਂ ਕਿੱਥੇ ਕਿੱਥੇ ਕਰਨੇ ਆ, ਜਿਹੜੀ ਐਂਟਾਇਰ ਸਟੇਟ ਆਫ ਕੈਲੀਫੋਰਨੀਆ ਹੈਗੀ ਹੈ, ਕੈਲੀਫੋਰਨੀਆ ਦਾ ਕੋਈ ਵੀ ਨੁੱਕਰ, ਕੋਈ ਵੀ ਕਿਤੇ ਵੀ ਤੁਸੀਂ ਹੈਗੇ ਹੋ, ਕੈਲੀਫੋਰਨੀਆ ਪੂਰੀ ਸਟੇਟ ਦੇ ਵਿੱਚ, ਬੇ ਏਰੀਆ ਕਹਿ ਲਓ, ਇੱਧਰ ਆਪਣੇ ਸੈਕਰਮੈਂਟੋ, ਯੂਬਾ ਸਿਟੀ, ਸਟੋਕਟਨ, ਮਰਸੈਡ, ਮੋਡੈਸਟੋ,
ਫ੍ਰੈਸ਼ਨੋ ਐਲਏ ਮਤਲਬ ਕੋਈ ਵੀ ਸ਼ਹਿਰ ਲੈ ਲਓ, ਇਹਨਾਂ ਵਿੱਚ ਕਿਤੇ ਵੀ ਤੁਸੀਂ ਲੋਨ ਜਾਂ ਰੀਅਲ ਸਟੇਟ ਦੀ ਕੋਈ ਸਰਵਿਸ ਲੈਣੀ ਹੋਵੇ ਉਹ ਸਾਡੀ ਕੰਪਨੀ ਕਰਦੀ ਹੈ। ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਆਪਣੇ ਦਿਲਬਾਗ ਭਾਜੀ ਵੀ ਸਾਡੇ ਕੰਪਨੀ ਦੇ ਤਹਿਤ ਜਿਹੜੀਆਂ ਇੱਕ ਦੋ ਕੰਪਨੀਆਂ ਹੋਰ ਸਾਡੇ ਨਾਲ ਹੈਗੀਆਂ ਉਹ ਜੈਂਡਰ ਗਰੁੱਪ ਦੇ ਅੰਡਰ ਆ ਜਾਂਦੀਆਂ। ਇੱਕ ਜੈਂਡਰ ਗਰੁੱਪ ਹੈਗਾ, ਇਹਦੇ ਵਿੱਚ ਜੈਂਡਰ ਮੋਰਗੇਜ, ਜੈਂਡਰ ਰੀਅਲ ਸਟੇਟ, ਜੈਂਡਰ ਕਮਰਸ਼ੀਅਲ ਅਤੇ ਜੈਂਡਰ ਐਗ, ਇਹ ਚਾਰ ਡਿਵੀਜ਼ਨਸ ਹੈਗੀਆਂ। ਇਹਨਾਂ ਵਿੱਚ ਸਾਰੇ ਜਿਹੜੇ ਕੰਮ ਹੈਗੇ ਆ ਰੀਅਲ ਸਟੇਟ ਨਾਲ ਜੁੜੇ ਉਹ ਸਾਰੇ ਇਹਦੇ ਵਿੱਚ ਚੱਲਦੇ ਨੇ। ਉਸ ਤੋਂ ਇਲਾਵਾ ਸਾਡੇ ਜਿਹੜੀ ਸਰਵਿਸਿਜ ਲੋਨਸ ਦੀਆਂ ਹੈਗੀਆਂ, ਜਿਹਨਾਂ ਵਿੱਚ ਵੀ ਤੁਸੀਂ ਘਰ ਦਾ ਲੋਨ, ਘਰਾਂ ਨਵਾਂ ਨਵਾਂ ਘਰ ਖਰੀਦਣਾ ਜਾਂ ਉਹਨੂੰ ਤੁਸੀਂ ਰੀਫਾਈਨੈਂਸ ਕਰਾਉਣਾ, ਅਤੇ ਸਟੇਟ ਆਫ ਵਾਸ਼ਿੰਗਟਨ ਜਿਹੜੀ ਹੈਗੀ ਆ ਜਿਹਦੇ ਵਿੱਚ ਵੀ ਸੀਆਟਲ, ਕੈਂਟ, ਇਹੋ ਜਿਹੜੇ ਏਰੀਆਜ਼ ਹੈਗੇ ਨੇ, ਇਹਨਾਂ ਵਿੱਚ ਵੀ ਅਸੀਂ ਕਹਿ ਲਓ ਵੀ ਲੋਨ ਦੀਆਂ ਜਿਹੜੀਆਂ ਸੁਵਿਧਾਵਾਂ ਉਹ ਦਿੰਦੇ ਹਾਂ। ਨਾਲ ਨਾਲ ਕੋਲੋਰਾਡੋ ਵਿੱਚ ਵੀ ਜਿਹੜਾ ਸਾਡਾ ਕੰਮ ਆ ਲੋਨ ਦਾ ਉਹ ਚੱਲਦਾ ਹੈਗਾ। ਸੋ ਜੇ ਕਿਸੇ ਨੇ ਸਾਡੇ ਨਾਲ ਰਾਬਤਾ ਕਾਇਮ ਕਰਨਾ ਤੇ ਉਹਦੇ ਵਾਸਤੇ ਦਾ ਨੰਬਰ ਹੈਗਾ 5569025 ਦਾ ਨੰਬਰ ਦੇ ਤੁਸੀਂ ਕਾਲ ਕਰਕੇ ਜਿਹੜੇ ਵੀ ਤੁਹਾਡੇ ਸਵਾਲ ਹੈਗੇ ਨੇ, ਤੁਹਾਨੂੰ ਕੋਈ ਲੋਨ 'ਚ ਡਿਫੀਕਲਟੀ ਆ ਰਹੀ ਹੈ, ਤੁਸੀਂ ਕਿਤੋਂ ਮਰਜ਼ੀ ਲੋਨ ਕਰਾਓ। ਕਦੀ ਮੈਂ ਇਹ ਨਹੀਂ ਕਿਹਾ ਵੀ ਤੁਸੀਂ ਹਮੇਸ਼ਾ ਸਾਰਾ ਕੰਮ ਸਾਡੇ ਤੋਂ ਕਰਾਓ, ਤੁਸੀਂ ਸਾਡੇ ਤੋਂ ਸਲਾਹ ਲੈ ਸਕਦੇ, ਉਹਦਾ ਕੋਈ ਪੈਸਾ ਨਹੀਂ ਹੈਗਾ। ਮੈਂ ਇਹ ਗੱਲ ਕਹਿਣ ਹੀ ਲੱਗਿਆ ਸੀ, ਮੈਂ ਕਿਹਾ ਮੋਹਨ ਜੀ ਮੋਹਰਾਂ ਦੀ ਇੱਕ ਖਾਸੀਅਤ ਹੈ ਕਿ ਇਹ ਕਹਿੰਦੇ ਕਿ ਅਗਰ ਤੁਸੀਂ ਲੋਨ ਕਿਸੇ ਹੋਰ ਤੋਂ ਵੀ ਕਰਵਾ ਰਹੇ ਹੋ ਜਾਂ ਘਰ ਕਿਸੇ ਹੋਰ ਤੋਂ ਵੀ ਖਰੀਦ ਰਹੇ ਹੋ, ਪਰ ਇੱਕ ਵਧੀਆ ਐਕਸਪੈਰੀਮੈਂਟ ਕਰਨ ਦੇ ਲਈ ਜਾਂ ਇੱਕ ਤਸੱਲੀ ਲੈਣ ਲਈ ਇਹਨਾਂ ਕੋਲ ਸਲਾਹ ਤੁਸੀਂ ਜ਼ਰੂਰ ਲਓ, ਉਹਦਾ ਕੋਈ ਪੈਸਾ ਨਹੀਂ ਹੈ। ਮੋਹਨ ਜੀ ਮੈਂ ਸਾਹਿਬ, ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਅਤੇ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਸੋ ਦਰਸ਼ਕੋ, ਘਰ ਵਿੱਚ ਬੈਠੇ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਜ਼ਰੂਰ ਸਾਡੇ ਨਾਲ ਜੁੜੇ ਰਹੋ, ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਾਂਗੇ, ਬਹੁਮੁੱਲੀ ਜਾਣਕਾਰੀ ਲਵਾਂਗੇ ਮੋਹਨ ਚੀਮਾ ਹੋਰਾਂ ਦੇ ਕੋਲੋਂ। ਜਸ ਲਾਈਵ ਵਿੱਚ ਜੁੜ ਬੈਠੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਸੋਮਵਾਰ ਦਾ ਦਿਨ ਅਸੀਂ ਜਿਹੜਾ ਹੈਗਾ ਉਹ ਰਾਖਵਾਂ ਰੱਖਿਆ ਹੋਇਆ ਰੀਅਲ ਸਟੇਟ ਅਤੇ ਲੋਨ ਦੀਆਂ ਸੇਵਾਵਾਂ ਦੀ ਇਨਫੋਰਮੇਸ਼ਨ ਦੇ ਬਾਰੇ 'ਚ, ਜਿਹ 'ਚ ਅਸੀਂ ਗੱਲਬਾਤ ਕਰਦੇ ਹਾਂ ਜ਼ੈਂਡਰ ਮੋਰਗੇਜ ਦੇ ਬਹੁਤ ਹੀ ਖੂਬਸੂਰਤ ਅਤੇ ਬਹੁਤ ਹੀ ਵਧੀਆ ਇਨਸਾਨ ਮੋਹਨ ਚੀਮਾ ਸਾਹਿਬ ਦੇ ਨਾਲ, ਜੋ ਬੜੀ ਜਾਣਕਾਰੀ ਰੱਖਦੇ ਨੇ। ਮੋਹਨ ਚੀਮਾ ਸਾਹਿਬ ਜੀ ਆਇਆਂ ਨੂੰ ਇੱਕ ਵਾਰੀ ਫਿਰ ਪ੍ਰੋਗਰਾਮ 'ਚ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਥੈਂਕ ਯੂ ਸੋ ਮਚ। ਚੀਮਾ ਸਾਹਿਬ, ਆਪਾਂ ਗੱਲ ਘਰਾਂ ਦੀ ਵੀ ਕਰ ਲਈ, ਲੋਨ ਦੀ ਵੀ ਚੱਲ ਰਹੀ ਹੈ, ਅਤੇ ਨਾਲ ਦੀ ਨਾਲ ਇੱਕ ਦੋ ਜਿਹੜੇ ਸਵਾਲ ਬ੍ਰੇਕ ਦੇ ਦੌਰਾਨ ਲੋਕਾਂ ਦੇ ਆਏ ਨੇ ਉਹ ਵੀ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹਾਂਗਾ। ਇੱਕ ਪਰਿਵਾਰ ਉਹ ਆਪਣਾ ਘਰ ਵੇਚਣਾ ਚਾਹੁੰਦਾ, ਪ੍ਰਾਈਸ ਵਧੀਆ ਮਿਲ ਰਹੀ ਹੈ, ਪ੍ਰੋਬਲਮ ਜਿਹੜੀ ਉਹਨਾਂ ਨੂੰ ਪੈ ਰਹੀ ਹੈ ਕਿ ਉਹਨਾਂ ਦਾ ਕੋਸਾਈਨਰ ਜੋ ਵੀ ਉਹਨਾਂ ਦਾ ਕੋਈ ਸਾਕ ਸੰਬੰਧੀ ਜਾਂ ਦੋਸਤ ਮਿੱਤਰ ਹੈ ਉਹ ਹਿੰਦੁਸਤਾਨ ਗਏ ਹੋਏ ਨੇ, ਅਤੇ ਉਹਦੇ ਵਾਸਤੇ ਕੋਈ ਰਾਹ ਕੋਈ ਰਸਤਾ ਵਗੈਰਾ ਕੋਈ ਲੱਭਿਆ ਜਾ ਸਕਦਾ ਜਾਂ ਕੀ ਸੁਜੈਸਟ ਕਰਦੇ ਹੋ ਤੁਸੀਂ ਉਹਨਾਂ ਨੂੰ? ਹਾਂਜੀ, ਇਹ ਕੋਈ ਜਿਹੜੇ ਕੋਸਾਈਨਰ ਤੁਸੀਂ ਗੱਲ ਕਰ ਰਹੇ ਹੋ, ਜਿਹੜੇ ਬੰਦੇ ਘਰ ਵੇਚ ਰਹੇ ਨੇ ਉਹਨਾਂ ਦੀ ਗੱਲ ਕਰਦੇ ਹੋ ਜਿਹੜੇ ਅੱਗੇ ਘਰ ਲੈ ਰਹੇ ਨੇ, ਉਹਨਾਂ ਨੇ ਲੋਨ ਕਰਨਾ, ਉਹਦੇ 'ਚ ਕੋਈ ਇਸ਼ੂ ਆ ਰਿਹਾ? ਨਹੀਂ, ਘਰ ਉਹਨਾਂ ਨੇ ਵੇਚਣਾ ਹੈ, ਉਹਨਾਂ ਨੂੰ ਘਰ ਦੇ ਵਿੱਚ ਰਹਿ ਰਹੇ ਨੇ ਪਰ ਉਹ ਕਿਸੇ ਨੇ ਕੋਸਾਈਨ ਕੀਤੇ ਹੋਏ ਸੀ ਜਦੋਂ ਲੋਨ ਲਿਆ ਸੀ ਸ਼ੁਰੂ ਵਿੱਚ। ਅੱਛਾ, ਠੀਕ ਹੈ ਜੀ। ਹਾਂਜੀ ਹਾਂਜੀ, ਉਹਦੇ ਵਿੱਚ ਫਿਰ ਇਸ ਤਰ੍ਹਾਂ ਹੁੰਦਾ ਵੀ ਉਹ ਉਹਨਾਂ ਨੂੰ ਨਾ ਕੁਇਟ ਕਲੇਮ ਡੀਲ ਕਰਨੀ ਪੈਂਦੀ ਕਈ ਵਾਰੀ, ਜਾਂ ਕਹਿ ਲਓ ਵੀ ਉਹਨਾਂ ਨੇ ਕੁਛ ਇੱਕ ਐਸਕੋ ਦੇ ਪੇਪਰ ਸਾਈਨ ਕਰਨੇ ਹੁੰਦੇ ਆ ਜੇ, ਕਿਉਂਕਿ ਟਾਈਟਲ ਦੇ ਵਿੱਚ ਦੋਵਾਂ ਦਾ ਨਾਮ ਹੋਊਗਾ ਜੀ, ਤੇ ਉਹ ਜਿਹੜਾ ਟਾਈਟਲ ਦਾ ਪੇਪਰ ਹੈਗਾ ਉਹਦੇ ਵਾਸਤੇ ਜਿਹੜੇ ਇੱਕ ਦੋ ਹੱਲ ਹੈਗੇ ਨੇ ਜੋ ਤੁਹਾਨੂੰ ਮੈਂ ਦੱਸ ਸਕਦਾ। ਇੱਕ ਤਾਂ ਹੱਲ ਇਹ ਹੈਗਾ ਵੀ ਜਿਹੜਾ ਉਹ ਡਾਕੂਮੈਂਟ ਟਾਈਟਲ ਨੇ ਸਾਈਨ ਕਰਨਾ ਨਾ, ਉਹ ਉਹਨਾਂ ਨੂੰ ਇੰਡੀਆ ਜੇ ਉਹ ਗਏ ਹੋਏ ਨੇ ਤਾਂ ਫਿਰ ਉਹਨਾਂ ਇੰਡੀਅਨ ਐਮਬੈਸੀ ਵਿੱਚ ਅਪਾਇੰਟਮੈਂਟ ਬਣਨੀ ਪੈਂਦੀ ਜਿਹੜੀ ਆਨਲਾਈਨ ਬਣ ਜਾਂਦੀ। US embassy appointment ਬਣਾ ਕੇ ਉਹ ਅੰਬੈਸੀ ਜਾ ਕੇ ਉਹ ਨੋਟਰੀ ਕਰਾ ਕੇ ਪੇਪਰ ਓਵਰਨਾਈਟ ਕਰਕੇ ਵਿਦਇਨ 2-3 ਡੇਜ਼ ਦੇ ਵਿੱਚ ਉਹ ਵਾਪਸ ਅਮਰੀਕਾ 'ਚ ਆ ਜਾਂਦਾ, ਅਤੇ ਉਹ ਜਦੋਂ ਪੇਪਰ ਆ ਜਾਂਦਾ ਫਿਰ ਤਾਂ ਜਿਹੜੀ ਕਲੋਜਿੰਗ ਹੈ ਉਹ ਹੋ ਸਕਦੀ ਹੈ ਜੀ। ਜੇ ਇਹਨਾਂ ਨੂੰ ਕੋਈ ਹੋਰ ਡਿਟੇਲ ਚਾਹੀਦੀ ਹੋਵੇ ਤਾਂ ਮੇਰੇ ਫੋਨ ਨੰਬਰ ਜਿਹੜਾ ਤੁਹਾਨੂੰ ਦਿਖਾਇਆ ਹੋਇਆ 5069905-2575 ਸ਼ੋਅ ਤੋਂ ਬਾਅਦ ਮੇਰੇ ਨਾਲ ਗੱਲਬਾਤ ਕਰ ਲੈਣ, ਅਤੇ ਮੈਂ ਹੋਰ ਉਹਨਾਂ ਦੀ ਜਿਹੜੀ ਹੈਲਪ ਹੋ ਸਕਦੀ ਹੈ ਉਹ ਜ਼ਰੂਰ ਕਰੂੰਗਾ ਜੀ। ਠੀਕ ਹੈ ਜੀ, ਅਤੇ ਦੂਸਰਾ ਲੋਨ ਦੇ ਲਈ ਜਿਹੜੇ ਉਹਨਾਂ ਦਾ ਕ੍ਰੈਡਿਟ ਸਕੋਰ ਹੈ ਉਹ ਕਿੰਨਾ ਕੁ ਹੋਣਾ ਜ਼ਰੂਰੀ ਹੈ? ਵੈਸੇ ਤਾਂ ਜਿੰਨਾ ਵਧੀਆ ਕ੍ਰੈਡਿਟ ਹੋਏਗਾ ਉਨਾ ਵਧੀਆ ਇੰਟਰਸਟ ਮਿਲੇਗਾ, ਪਰ ਘੱਟ ਤੋਂ ਘੱਟ ਜਿਹੜੀ ਰਿਕੁਆਇਰਮੈਂਟ ਵਗੈਰਾ ਹੈਗੀ ਹੈ ਉਹ ਕੀ ਦੱਸਦੇ ਹੋ, ਕਿਹੜੇ ਨੰਬਰ ਹੁੰਦੇ ਨੇ? ਹਾਂਜੀ ਦੇਖੋ, ਜਿਹੜਾ ਤਾਂ ਹੈਗਾ FHA ਦਾ ਲੋਨ ਉਹ ਐਜ ਲਿਟਲ ਐਸ 580 ਸਕੋਰ ਤੇ ਹੋ ਜਾਂਦਾ FHA ਦਾ ਲੋਨ। ਠੀਕ ਹੈ ਜੀ, ਜਿਹੜਾ ਕਨਵੈਨਸ਼ਨਲ ਲੋਨ ਹੈਗਾ ਜੀ ਉਹਦੀ ਜਿਹੜੀ ਮਿਨੀਮਮ ਰਿਕੁਆਇਰਮੈਂਟ ਹੈਗੀ ਜੇ ਉਹ ਹੈਗੀ 620, ਤੁਹਾਡਾ 620 ਤੋਂ ਜੇ ਘੱਟ ਹੈਗਾ ਤੇ ਫਿਰ ਕਨਵੈਨਸ਼ਨਲ ਲੋਨ ਕਰਨਾ ਥੋੜਾ ਮੁਸ਼ਕਿਲ ਹੈ ਜੀ। ਸੋ
ਸਕੋਰ ਇੰਨੇ ਜ਼ਿਆਦਾ ਵੀ ਨਹੀਂ ਚਾਹੀਦੇ, ਇੰਨੇ ਤੇ ਮਿਨੀਮਮ ਹੋ ਜਾਂਦੇ। ਜੇ ਤੁਹਾਡੇ ਇਸ ਤੋਂ ਘੱਟ ਹੈਗੇ ਤਾਂ ਫਿਰ ਤੁਸੀਂ ਆਪਣੀ ਫਾਈਲ ਸਾਡੇ ਕੋਲ ਚੈੱਕ ਕਰਾ ਕੇ ਦੱਸ ਦਿਓ, ਸਾਨੂੰ ਦੇਖ ਲੈਣ ਦਿਓ, ਅਸੀਂ ਤੁਹਾਨੂੰ ਹੋਰ ਥੋੜ੍ਹੀਆਂ ਬਹੁਤੀਆਂ ਸਲਾਹਾਂ ਦਈਏ ਤਾਂ ਤੁਹਾਡਾ ਸਕੋਰ ਹੈਗਾ ਉਹ ਵੱਧ ਵੀ ਸਕਦਾ ਜੀ। ਹਾਂਜੀ ਠੀਕ ਹੈ ਜੀ। ਚਿੰਮਾ ਸਾਹਿਬ, ਸਾਡੇ ਦਰਸ਼ਕਾਂ ਨੂੰ ਐਫ ਐਚ ਏ ਦੇ ਬਾਰੇ 'ਚ ਵੀ ਦੱਸੋ ਕਿ ਐਫ ਐਚ ਏ ਹੁੰਦਾ ਕੀ ਹੈ ਅਤੇ ਡਿਫਰੈਂਸ ਕੀ ਹੈ ਐਫ ਐਚ ਏ ਅਤੇ ਕਨਵੈਨਸ਼ਨਲ ਦੇ ਵਿੱਚ। ਜੀ, ਸੋ ਇਟਸ ਅ ਵੈਰੀ ਗੁੱਡ ਕੁਐਸਚਨ। ਐਫ ਐਚ ਏ ਜਿਹੜਾ ਹੈਗਾ ਫੈਡਰਲ ਹਾਊਸਿੰਗ ਅਥੋਰਿਟੀ ਜਾਂ ਏਜੰਸੀ ਦੇ ਤਹਿਤ ਜਿਹੜੇ ਲੋਨ ਬਣੇ ਹੋਏ ਨੇ, ਇਹ ਇੱਕ ਕਾਮਨ ਬੈਕਡ ਪ੍ਰੋਗਰਾਮਸ ਹੁੰਦੇ ਨੇ। ਇਹ ਬਣੇ ਨੇ ਉਹਨਾਂ ਵਾਸਤੇ ਜਿੰਨਾਂ ਕੋਲ ਕਹਿ ਲਓ ਵੀ ਡਾਊਨ ਪੇਮੈਂਟ ਨਹੀਂ ਜੁੜੀ ਜ਼ਿਆਦਾ, ਉਹ ਪੈਸੇ ਨਹੀਂ ਜੋੜ ਸਕੇ, ਉਹ ਮਿਨੀਮਮ ਡਾਊਨ ਪੇਮੈਂਟ ਲੋਨ ਕਰਾਉਣਾ ਚਾਹੁੰਦੇ ਨੇ। ਅਤੇ ਐਫ ਐਚ ਏ ਦੀ ਜਿਹੜੀ ਮਿਨੀਮਮ ਡਾਊਨ ਪੇਮੈਂਟ ਰਿਕੁਆਇਰਮੈਂਟ ਹੈਗੀ ਹੈ ਉਹ ਹੈਗੀ ਜੀ 3.5% ਡਾਊਨ। ਕਹਿਣ ਦਾ ਭਾਵ ਲੱਖ ਪਿੱਛੇ ਜੇ ਤੁਹਾਡੇ ਕੋਲ 3500 ਹੈਗਾ ਤੇ ਤੁਸੀਂ ਕਾਰ ਦੇ ਲੋਨ ਵਾਸਤੇ ਆਪਣੇ ਕਹਿ ਲਓ ਵੀ ਅਪਲਾਈ ਕਰ ਸਕਦੇ ਹੋ। ਇਹਦੇ ਵਿੱਚ ਸਕੋਰ ਦੀਆਂ ਰਿਕੁਆਇਰਮੈਂਟਾਂ ਵੀ ਘੱਟ ਹੈਗੀਆਂ, ਅਤੇ ਨਾਲ ਨਾਲ ਇਹਨਾਂ ਵਿੱਚ ਜਿਹੜੀ ਇੱਕ ਹੋਰ ਜਿਹੜੀ ਖੁੱਲ ਮਿਲੀ ਹੋਈ ਹੈ ਉਹ ਇਹ ਹੈਗੀ ਵੀ ਸਾਡੀ ਜਿਹੜੀ ਹਾਊਸਿੰਗ ਡੈਟ ਟੂ ਇਨਕਮ ਜਿਹਨਾਂ ਰੇਸ਼ੋ ਜਿਹੜੀ ਹੈਗੀ ਹੈ ਨੋਰਮਲੀ ਕਨਵੈਨਸ਼ਨਲ ਵਿੱਚ ਹੁੰਦੀ ਹੈ 45% ਦੀ ਮੋਸਟਲੀ, ਇਹਦੇ ਵਿੱਚ ਉਹ 50 ਅਤੇ ਕਦੀ ਕਦੀ 55% ਤੱਕ ਵੀ ਅਲਾਊਡ ਕਰਦੇ ਨੇ ਜਾਣਾ। ਸੋ ਇਹਦੇ ਕਾਰਨ ਕੀ ਹੁੰਦਾ ਵੀ ਬੜੇ ਲੋਕ ਜਿਹੜੇ ਹੈਗੇ ਜਿਹਦੀ ਇਨਕਮ ਵੀ ਘੱਟ ਹੈ ਅਤੇ ਡਾਊਨ ਪੇਮੈਂਟ ਵੀ ਘੱਟ ਹੈ ਪਰ ਉਹ ਕਹਿ ਲਓ ਵੀ ਉਹ ਕੁਆਲੀਫਾਈ ਕਰ ਜਾਂਦੇ ਨੇ, ਇਹ ਹੁੰਦਾ ਜੀ ਐਫ ਐਚ ਏ ਲੋਨ। ਠੀਕ ਹੈ ਜੀ। ਔਰ ਇੱਕ ਗੱਲ ਹੋਰ ਮੈਂ ਚਿੰਮਾ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਖਾਸ ਤੌਰ 'ਤੇ ਨਵੇਂ ਪਰਿਵਾਰ ਹਜੇ ਕੁਝ ਇੱਕ ਸਮੇਂ ਪਹਿਲਾਂ ਪਹੁੰਚੇ ਆ, ਸਾਲ 2 ਸਾਲ ਇਹ ਆਇਆਂ ਨੂੰ ਅਪਾਰਟਮੈਂਟ ਵਗੈਰਾ 'ਚ ਰਹਿ ਰਹੇ ਪਰ ਉਹ ਕੋਸ਼ਿਸ਼ ਕਰਦੇ ਆ ਘਰ ਲੈਣ ਦੀ ਅਤੇ ਸਮਹਾਓ ਉਹਨਾਂ ਦਾ ਲੋਨ ਨਹੀਂ ਹੋ ਰਿਹਾ ਅਤੇ ਉਹ ਮਾਯੂਸ ਹੋ ਜਾਂਦੇ, ਕਹਿੰਦੇ ਕਿ ਅਸੀਂ ਅਪਲਾਈ ਕੀਤਾ, ਅਸੀਂ ਘਰ ਦੇ 3-4 ਮੈਂਬਰ ਕੰਮ ਕਰਦੇ ਹਾਂ ਪਰ ਸਾਨੂੰ 1-2 ਬੈਂਕਾਂ ਨੇ ਨਾ ਕਰ ਦਿੱਤੀ ਆ। ਪਰ ਜੋ ਸੁਣਨ ਵਿੱਚ ਜ਼ੈਂਡਰ ਮੌਰਗੇਜ ਦਾ ਪਤਾ ਲੱਗਦਾ ਕਿ ਪਤਾ ਨਹੀਂ ਕਿਹੜੀ ਗਿੱਦੜ ਸਿੰਘੀ ਤੁਹਾਡੇ ਹੱਥ ਵਿੱਚ ਆਈ ਹੈ ਕਿ ਤੁਹਾਡੀ ਜਿਹੜੀ ਕਲੋਜ਼ਿੰਗ ਰੇਸ਼ੋ ਹੈ ਕਲੋਜ਼ ਟੂ 100% ਹੈ ਅਤੇ ਉਹ ਕਿਵੇਂ ਕਰਦੇ ਹੋ? ਹਾਂਜੀ, ਸੋ ਦੇਖੋ ਜਿਹੜਾ ਤੇ ਤੁਹਾਡਾ ਸਵਾਲ ਹੈਗਾ ਵੀ ਕੋਈ ਫੈਮਿਲੀ ਇੰਡੀਆ ਤੋਂ ਆਏ ਹਜੇ 2 ਸਾਲ ਹੀ ਹੋਏ ਨੇ, ਹੈ ਨਾ ਜੀ, ਇਹਨਾਂ ਵਿੱਚ ਵੀ ਪ੍ਰੋਗਰਾਮਸ ਹੈਗੇ ਆ ਬੈਂਕਾਂ ਦੇ ਰਾਹੀਂ ਜਿਹੜੇ ਵੀ ਲੋਨ ਹੋ ਜਾਂਦੇ ਨੇ। ਅਮੈਰੀਕਨ ਗਵਰਨਮੈਂਟ ਜਾਂ ਅਮੈਰੀਕਨ ਸਰਕਾਰ ਦੀ ਜਿਹੜੀ ਇੱਕ ਬੜੀ ਵੱਡੀ ਮੈਂ ਖਾਸੀਅਤ ਦੇਖੀ ਹੈ ਦਿਲਬਾਗ ਭਾਜੀ, ਉਹ ਇਹ ਦੇਖੀ ਹੈ ਕਿ ਉਹ ਹਾਊਸਿੰਗ ਨੂੰ ਬਹੁਤ ਪ੍ਰਮੋਟ ਕਰਦੇ, ਸਰਕਾਰ ਬਹੁਤ ਪ੍ਰਮੋਟ ਕਰਦੀ ਹੈ, ਸ਼ਹਿਰ ਬੜੇ ਪ੍ਰਮੋਟ ਕਰਦੇ ਹੈ, ਸਟੇਟਾਂ ਬੜੀਆਂ ਹੈਗੀਆਂ ਬੜੀਆਂ ਉਹ ਕਹਿੰਦੇ ਪ੍ਰਮੋਟ ਕਰਦੀਆਂ। ਸੋ ਘਰ ਲੈਣਾ ਉਹਦੇ ਵਿੱਚ ਬੜੀਆਂ ਸਿੰਪਲ ਜਿਹੀਆਂ ਰਿਕੁਆਇਰਮੈਂਟਸ ਹੁੰਦੀਆਂ ਸੀ ਕਈ ਵਾਰੀ ਨਾ, ਮੈਂ ਬੜਾ ਲੋਕਾਂ ਨੂੰ ਆਪਣੇ ਖਾਸ ਕਰ ਆਪਣੀ ਕਮਿਊਨਿਟੀ ਦੇ ਪੰਜਾਬੀ ਭਾਈਚਾਰੇ 'ਚ ਗੱਲ ਕਰਨਾ ਵਾ ਵੀ ਮੇਰਾ ਜਿਹੜਾ ਤਜਰਬਾ ਜ਼ਿੰਦਗੀ ਦਾ ਇੱਥੇ ਅਮੈਰੀਕਾ 'ਚ ਰਹਿਣ ਦਾ ਉਹ ਇਹ ਮੈਨੂੰ ਦੱਸਦਾ ਵੀ ਇੱਥੇ ਗੱਡੀ ਜਿਹੜੀ ਹੁੰਦੀ ਨਾ ਕਾਰ ਜਿਹਨੂੰ ਅਸੀਂ ਕਹਿੰਦੇ ਹਾਂ ਵਹੀਕਲ ਜਿਹੜੀ ਹੁੰਦੀ ਹੈ ਉਹਦਾ ਲੋਨ ਲੈਣਾ ਮੁਸ਼ਕਲ ਆ, ਲੇਕਿਨ ਘਰ ਦਾ ਲੋਨ ਕਰਾਉਣਾ ਆਸਾਨ ਆ ਜੇ ਤੁਸੀਂ ਕਾਰ ਲੈਣਾ ਚਾਹੁੰਦੇ ਜੀ। ਕੀ ਬਾਤ, ਮੇਰਾ ਖੁਦ ਦਾ ਐਕਸਪੀਰੀਅੰਸ ਹੈਗਾ ਜੀ, ਔਰ ਮੈਂ ਰੋਜ਼ ਕਿਉਂਕਿ ਮੈਂ ਇਹ ਕੰਮ ਕਰਨਾ ਔਰ ਮੈਂ ਰੋਜ਼ ਹੀ ਦੇਖਣਾ ਲੋਨ ਦੀਆਂ ਫਾਈਲਾਂ ਵੀ ਦੇਖਣਾ, ਰੀਅਲ ਸਟੇਟ ਦੀਆਂ ਫਾਈਲਾਂ ਵੀ ਦੇਖਣਾ। ਇੱਥੇ ਜੇ ਤੁਸੀਂ ਜੋਬ ਕਰਦੇ ਜੇ 2 ਸਾਲ ਦੀ ਤੁਸੀਂ ਜੋਬ ਜੇ ਕੀਤੀ ਹੈਗੀ ਹੈ, ਤੁਹਾਡੀ ਇਨਕਮ ਠੀਕ ਹੈ, ਤੁਸੀਂ ਕ੍ਰੈਡਿਟ ਮੇਨਟੇਨ ਕੀਤਾ, ਉਹਦੇ 3.5% ਡਾਊਨ ਦੇ ਕੇ ਥੋੜ੍ਹਾ ਬਹੁਤਾ ਤੁਸੀਂ ਘਰ ਦੇ ਮਾਲਕ ਬਣ ਸਕਦੇ ਹੋ। ਇਹ ਜਿਹੜੀ ਸੁਵਿਧਾ ਹੈਗੀ ਆ ਹੋਰ ਕਿਸੇ ਮੁਲਕ 'ਚ ਨਹੀਂ ਹੈਗੀ। ਸੋ ਅਮੈਰੀਕਨ ਹੋਮ ਓਨਰਸ਼ਿਪ ਜਿਹੜੀ ਹੈਗੀ ਆ ਇਹ ਇੱਕ ਇਹ ਸਰਕਾਰ ਦਾ ਜਿਹੜਾ ਬੜਾ ਵੱਡਾ ਫੈਸਲਾ ਸਾਲਾਂ ਤੋਂ ਚੱਲੀ ਆ ਰਿਹਾ ਉਹ ਇਹ ਹੈਗਾ ਵੀ ਇੱਥੇ ਹਰ ਇੱਕ ਬੰਦੇ ਕੋਲ ਆਪਣਾ ਘਰ ਜ਼ਰੂਰ ਹੋਣਾ ਚਾਹੀਦਾ, ਉਹਨੂੰ ਪ੍ਰਮੋਟ ਵੀ ਕਰਦੇ ਆ, ਸਹਾਇਤਾ ਵੀ ਕਰਦੇ ਆ, ਹੈਲਪ ਵੀ ਕਰਦੇ ਆ। ਜੇ ਤੁਹਾਡਾ ਕੋਈ ਸਵਾਲ ਹੋਵੇ, ਤੁਸੀਂ ਇਸ ਬਾਰੇ ਪੁੱਛਣਾ ਚਾਹੁੰਦੇ ਹੋਵੇ ਤੇ ਤੁਹਾਡੇ ਤੱਕ ਸਾਡੀ ਆਵਾਜ਼ ਪਹੁੰਚ ਰਹੀ ਹੈ ਤੇ ਪਲੀਜ਼ ਕਾਲ ਕਰਕੇ ਪੁੱਛ ਜ਼ਰੂਰ ਲਓ ਵੀ ਭਾਜੀ ਮੇਰਾ ਲੋਨ ਹੋ ਸਕਦਾ, ਮੈਂ ਘਰ ਖਰੀਦ ਸਕਦਾ ਕਿ ਨਹੀਂ ਖਰੀਦ ਸਕਦਾ। ਇਹ ਜਿਹੜਾ ਸਾਡਾ ਕੰਮ ਹੈਗਾ ਨਾ, ਇੱਕ ਸਰਵਿਸ ਦਾ ਕੰਮ ਹੈਗਾ, ਅਸੀਂ ਚਾਹੁੰਦੇ ਹਾਂ ਵੀ ਜੇ ਕਿਸੇ ਦਾ ਕੋਈ ਸੁਪਨਾ ਹੈਗਾ ਘਰ ਲੈਣ ਦਾ ਉਹ ਜੇ ਪੂਰਾ ਹੋ ਸਕਦਾ ਤੇ ਉਹਦੇ ਵਿੱਚ ਅਸੀਂ ਭਾਗੀਦਾਰ ਬਣੀਏ, ਇਹ ਸਾਡੀ ਇੱਛਾ ਹੁੰਦੀ ਹੈ, ਅਸੀਂ ਪੂਰੀ ਕੋਸ਼ਿਸ਼ ਵੀ ਬੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਕਰਨੇ ਹੈ ਜੀ। ਵੀ ਤੁਹਾਡਾ ਬਹੁਤ ਯੋਗਦਾਨ ਹੈ ਸਾਡੇ ਭਾਈਚਾਰੇ 'ਚ, ਸਮਾਜ ਦੇ ਵਿੱਚ। ਇੱਕ ਹੋਰ ਜਿਹੜੀ ਮੈਨੂੰ ਚੰਗੀ ਗੱਲ ਲੱਗਦੀ ਹੈ ਕਿ ਤੁਸੀਂ ਜਿਹੜੇ ਨਿਊ ਕਮਰਸ ਸਟੂਡੈਂਟ ਯੂਨੀਵਰਸਿਟੀਜ਼ ਜਾਂ ਕਾਲਜਿਸ 'ਚੋਂ ਨਿਕਲਦੇ ਆ ਗ੍ਰੈਜੂਏਟ ਹੋ ਕੇ, ਅਤੇ ਤੁਸੀਂ ਉਹਨਾਂ ਨੂੰ ਜੋਬ ਅਪਰਚੁਨਿਟੀਜ਼ ਵੀ ਦੇ ਰਹੇ ਹੋ, ਅਤੇ ਕਈ ਵਾਰੀ ਗ੍ਰੈਜੂਏਟ ਹੋਣ ਤੋਂ ਬਾਅਦ ਇੱਕਦਮ ਜੋਬ ਨਹੀਂ ਮਿਲਦੀ, ਪਰ ਤੁਸੀਂ ਆਪਣੀ ਕਮਿਊਨਿਟੀ ਦੇ ਜਿਹੜੇ ਸਾਡੇ ਯੰਗਸਟਰਸ ਨੇ ਉਹਨਾਂ ਨੂੰ ਹੈਲਪ ਕਰ ਰਹੇ ਹੋ, ਅਤੇ ਉਹਦੇ ਬਾਰੇ 'ਚ ਵੀ ਦੱਸੋ ਵੀ ਕਿ ਜਿਹੜੇ ਸਾਡੇ ਸਮਾਜ ਦੇ ਵਿੱਚ ਸਾਡਾ ਭਾਈਚਾਰਾ ਪੜ੍ਹਿਆ ਲਿਖਿਆ ਉਹ ਜੋਬ ਲੱਭ ਰਿਹਾ, ਅਤੇ ਕਿਹੋ ਜਿਹੀਆਂ ਜਿਹੜੀਆਂ ਸਰਵਿਸਿਜ਼ ਅਵੇਲੇਬਲ ਨੇ ਉਹਨਾਂ ਵਾਸਤੇ, ਕਿਹੋ ਜਿਹੀਆਂ ਡਿਊਟੀਜ਼ ਜਾਂ ਤੁਹਾਡੀ ਟ੍ਰੇਨਿੰਗ ਦੇ ਮੁਤਾਬਿਕ ਤੁਸੀਂ ਕਿਵੇਂ ਉਹਨਾਂ ਨੂੰ ਸੁਨੇਹਾ ਦੇਣਾ ਚਾਹੋਗੇ? ਹਾਂਜੀ, ਇਹ ਤੁਹਾਡਾ ਬੜਾ ਅੱਛਾ ਸਵਾਲ ਹੈ ਜੀ, ਔਰ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨਾ ਚਾਹਾਂਗਾ
ਕਿ ਸਾਡੀ ਕੰਪਨੀ ਦੇ ਜਿਹੜਾ ਨੈਕਸਟ 10 ਇਅਰ ਪਲਾਨ ਹੈਗਾ ਉਹਦੇ ਵਿੱਚ ਅਸੀਂ ਘੱਟ ਤੋਂ ਘੱਟ ਵੀ 1000 ਯੰਗਸਟਰਸ ਨੂੰ ਸਾਡਾ ਹੈਗਾ ਲੈਣ ਦੀ ਜਵਾਬ ਦੇਣ ਦਾ। ਉਹਦੇ ਵਿੱਚ ਅਸੀਂ ਅਗਲੇ 10 ਸਾਲਾਂ ਦੇ ਵਿੱਚ ਜਿਹੜੀ ਸਾਡੀ ਪ੍ਰਮੋਸ਼ਨ ਹੈਗੀ ਹੈ ਉਹ ਇਹ ਹੈਗੀ ਹੈ ਵੀ ਕੋਈ ਵੀ ਜੇ ਕੋਈ ਕਾਲਜ ਗ੍ਰੈਜੂਏਟ ਹੈਗਾ ਜਾਂ ਕਾਲਜ ਤੋਂ ਪੜ੍ਹ ਕੇ ਨਿਕਲੇ ਆ ਕੋਈ ਜੋਬ ਦਾ ਨਹੀਂ ਪਾਉਂਦਾ ਪਿਆ, ਜੇ ਉਹ ਰੀਅਲ ਅਸਟੇਟ ਜਾਂ ਉਹ ਲੋਨਸ ਦਾ ਕੰਮ ਸਿੱਖਣਾ ਚਾਹੁੰਦੇ ਨੇ ਕਰਨਾ ਚਾਹੁੰਦੇ ਨੇ ਤਾਂ ਸਾਡੀ ਕੰਪਨੀ ਨਾਲ ਜ਼ਰੂਰ ਸਾਨੂੰ ਕਾਲ ਕਰੋ 5599052575 'ਤੇ 5089905525 'ਤੇ, ਔਰ ਸਾਡੀ ਕੰਪਨੀ ਨਾਲ ਤੁਸੀਂ ਜੁਆਇਨ ਕਰੋ ਅਤੇ ਅਸੀਂ ਤੁਹਾਨੂੰ ਟ੍ਰੇਨਿੰਗ ਵੀ ਦੇ ਸਕਦੇ ਹਾਂ, ਤੁਹਾਨੂੰ ਸਾਰਾ ਕੁਝ ਦੱਸ ਵੀ ਸਕਦੇ ਹਾਂ। ਔਰ ਇਹ ਨਹੀਂ ਜ਼ਰੂਰੀ ਹੈਗਾ ਵੀ ਤੁਸੀਂ ਸਾਡੇ ਕਾਰਪੋਰੇਟ ਆਫਿਸ 'ਚ ਕੰਮ ਕਰੋ, ਤੁਸੀਂ ਪੂਰੀ ਸਟੇਟ ਆਫ ਕੈਲੀਫੋਰਨੀਆ ਜਾਂ ਵਾਸ਼ਿੰਗਟਨ ਦੇ ਵਿੱਚ ਕਿਤੇ ਵੀ ਹੈਗੇ ਹੋ, ਤੁਸੀਂ ਇਹ ਕੰਮ ਆਪਣੇ ਸ਼ਹਿਰ 'ਚੋਂ ਈਵਨ ਆਪਣੇ ਘਰ 'ਚੋਂ ਜੇ ਕਰਨਾ ਚਾਹੁੰਦੇ ਹੋ ਤਾਂ ਅਸੀਂ ਐਸੀਆਂ ਸੁਵਿਧਾਵਾਂ ਉਪਲਬਧ ਕਰਾਂਗੇ ਵੀ ਤੁਸੀਂ ਇਹ ਜਿਹੜਾ ਕੰਮ ਹੈ ਜਿਹੜਾ ਸਾਰਾ ਘਰੋਂ ਕਰ ਸਕਦੇ ਹੋ। ਇਹ ਮੈਂ ਤਾਂ ਕਹਿਣਾ ਨਾਲੇ ਕਈ ਵਾਰੀ ਨਾ ਆਪਣੇ ਦਿਲਬਾਗ ਭਾਜੀ ਇੰਡੀਆ ਤੋਂ ਫੈਮਲੀ ਜਾਂਦੀ ਹੈ, ਕਈ ਵਾਰੀ ਕਹਿ ਲਓ ਹਸਬੈਂਡ ਜੋਬ ਤੇ ਹੁੰਦਾ ਤੇ ਮਿਸਿਸ ਜਿਹੜੇ ਹੈਗੇ ਪੜ੍ਹੇ ਲਿਖੇ ਨੇ ਪਰ ਉਹ ਘਰ ਹੈਗੇ ਨੇ, ਟਾਈਮ ਹੈਗਾ ਉਹਨਾਂ ਕੋਲ ਜੀ, ਤੇ ਕੁਛ ਕਰਨਾ ਚਾਹੁੰਦੇ ਨੇ। ਅਮਰੀਕਾ ਵਿੱਚ ਘਰ ਰਹਿਣਾ ਬਹੁਤ ਮੁਸ਼ਕਲ ਸਿੱਖਿਆ ਜਾ ਸਕਦਾ। ਔਰ ਖਾਸ ਕਰ ਜਿਹੜੇ ਯੰਗ ਬੰਦੇ ਕਾਲਜ ਨਿਕਲਦੇ ਨੇ ਸਾਡੀ ਕੰਪਨੀ ਆਲਰੇਡੀ ਬਹੁਤ ਜ਼ਿਆਦਾ ਹੈਗੇ ਨੇ ਜਿਹਨਾਂ ਨੇ ਸਿੱਖਿਆ ਔਰ ਬੜੇ ਅੱਛੇ ਤਰ੍ਹਾਂ ਉਹ ਕੰਮ ਕਰ ਰਹੇ ਨੇ, ਬੜੇ ਸਕਸੈਸਫੁਲ ਵੀ ਹੈਗੇ ਨੇ। ਸੋ ਇਟਸ ਅ ਗੁੱਡ ਆਪਰਚੁਨਿਟੀ, ਇਟਸ ਅ ਗੁੱਡ ਮੈਸੇਜ। ਇਹ ਜ਼ੈਂਡਰ ਗਰੁੱਪ, ਜ਼ੈਂਡਰ ਮਾਰਗੇਜ, ਜ਼ੈਂਡਰ ਰਿਸਰਚ, ਇਹ ਤੁਹਾਡੀ ਆਪਣੀ ਪੰਜਾਬੀਆਂ ਦੀ ਕੰਪਨੀ ਹੈਗੀ ਜੀ, ਮੈਂ ਇਹ ਕਹਿਣਾ ਚਾਹਾਂਗਾ। ਬਿਲਕੁਲ, ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਮੈਂ ਫਰੈਜ਼ਨੋ ਰਹਿੰਦਾ, ਇਹਨਾਂ ਦਾ ਕੋਆਪਰੇਟਿਵ ਆਫਿਸ ਫਰੈਜ਼ਨੋ 'ਚ ਹੈ। ਅਕਸਰ ਚੀਮਾ ਸਾਹਿਬ ਹੋਰਾਂ ਨੂੰ ਆਫਿਸ 'ਚ ਮਿਲਣ ਜਾਈਦਾ ਅਤੇ ਸਟਾਫ ਨਾਲ ਗੱਲਬਾਤ ਕਰੀਦੀ ਹੈ, ਅਤੇ ਚੀਮਾ ਸਾਹਿਬ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ। ਜਿੰਨੇ ਵੀ ਤੁਹਾਡੇ ਸਟਾਫ ਦੇ ਮੈਂਬਰ ਹੈ ਬੜੇ ਹਸਮੁੱਖ ਹੈ ਔਰ ਹਰ ਇੱਕ ਬੰਦਾ ਉਹਨਾਂ ਦੇ ਚਿਹਰੇ 'ਤੇ ਖੁਸ਼ੀ ਮਹਿਸੂਸ ਤੁਹਾਨੂੰ ਵੇਖਦੇ ਨਜ਼ਰ ਆ ਜਾਂਦਾ ਕਿ ਯਾਰ ਇਹ ਬੰਦਾ ਜਿੱਥੇ ਕੰਮ ਕਰ ਰਿਹਾ ਬੜਾ ਖੁਸ਼ ਹੈ। ਅਤੇ ਦਰਸ਼ਕਾਂ ਨੂੰ ਵੀ ਬੇਨਤੀ ਹੈ ਕਿ ਅਗਰ ਤੁਸੀਂ ਆਪਣੀ ਕੁਝ ਵਧੀਆ ਜੋਬ ਲੱਭ ਰਹੇ ਹੋ, ਆਪਣਾ ਜਿਹੜਾ ਕੈਰੀਅਰ ਵਧੀਆ ਬਣਾਉਣਾ ਚਾਹੁੰਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਤੁਸੀਂ ਜ਼ੈਂਡਰ ਮੌਰਗੇਜ ਦਾ ਹਿੱਸਾ ਬਣ ਸਕਦੇ ਹੋ। ਇਹਨਾਂ ਦੇ ਨਾਲ ਜੁੜ ਕੇ ਤੁਸੀਂ ਵਧੀਆ ਪੈਸੇ ਵੀ ਕਮਾ ਸਕਦੇ ਹੋ ਅਤੇ ਨਾਲ ਦੀ ਨਾਲ ਤੁਹਾਨੂੰ ਇੱਕ ਵਧੀਆ ਜੋਬ ਓਪਰਚੁਨਿਟੀ ਮਿਲ ਰਹੀ ਹੈ। ਚੀਮਾ ਸਾਹਿਬ, ਟਾਈਮ ਹੋ ਗਿਆ ਇੱਕ ਬ੍ਰੇਕ ਦਾ, ਅਤੇ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਅਤੇ ਬ੍ਰੇਕ ਤੋਂ ਬਾਅਦ ਅਸੀਂ ਆਪਾਂ ਗੱਲਬਾਤ ਕੰਟੀਨਿਊ ਰੱਖਾਂਗੇ। ਘਰ ਬੈਠੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਪ੍ਰੋਗਰਾਮ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ, ਕਿਉਂਕਿ ਹੋਰ ਵਧੇਰੇ ਜਿਹੜੀ ਬਹੁਮੁੱਲੀ ਜਾਣਕਾਰੀ ਅਸੀਂ ਚੀਮਾ ਸਾਹਿਬ ਤੋਂ ਲਵਾਂਗੇ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਦਿਲਬਾਗ ਬੰਗੜ ਵੱਲੋਂ ਨਿੱਘੀ ਨਿੱਘੀ ਜੀ ਆਇਆਂ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਜ਼ੈਂਡਰ ਮੌਰਗੇਜ ਐਂਡ ਰੀਅਲ ਇਸਟੇਟ ਦੇ ਮੋਹਨ ਚੀਮਾ ਸਾਹਿਬ ਹੋਰਾਂ ਦੇ ਨਾਲ। ਚੀਮਾ ਸਾਹਿਬ, ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਆਪਾਂ ਗੱਲਾਂ ਬਾਤਾਂ ਤਾਂ ਸਾਰੀਆਂ ਕਰ ਲਈਆਂ, ਅਤੇ ਇੱਕ ਗੱਲ ਆਪਾਂ ਜਿਹੜੀ ਪਹਿਲਾਂ ਵੀ ਕੀਤੀ ਸੀ ਉਹ ਦੁਬਾਰਾ ਫਿਰ ਮੈਂ ਛੇੜਨੀ ਚਾਹਾਂਗਾ ਕਿ ਅਗਰ ਕਿਸੇ ਨੇ ਕੋਸ਼ਿਸ਼ ਕੀਤੀ ABC ਕੰਪਨੀਆਂ ਕੋਲੋਂ ਜਾਂ ਬੈਂਕਸ ਕੋਲੋਂ ਆਪਣਾ ਲੋਨ ਅਪਰੂਵ ਕਰਵਾਉਣ ਲਈ, ਅਨਫੋਰਚੁਨੇਟਲੀ ਉਹਨਾਂ ਦਾ ਲੋਨ ਕਿਸੇ ਕਾਰਨ ਨਹੀਂ ਹੋ ਪਾਇਆ, ਉਹ ਮਾਯੂਸ ਹੋ ਗਏ, ਉਹ ਤੁਹਾਡੇ ਕੋਲ ਆਉਂਦੇ ਨੇ, ਅਤੇ ਫਿਰ ਤੁਸੀਂ ਕਿਵੇਂ ਉਹਨਾਂ ਦੀ ਹੈਲਪ ਕਰਦੇ ਹੋ, ਕਿਹੋ ਜਿਹੇ ਉਹ ਆਈਡੀਆਜ਼ ਨੇ ਜਾਂ ਉਹਨਾਂ ਨੂੰ ਤੁਸੀਂ ਕਿਵੇਂ ਗਾਈਡ ਕਰਦੇ ਹੋ ਕਿ ਉਹਨਾਂ ਦਾ ਜਿਹੜਾ ਲੋਨ ਹੋ ਜਾਏ? ਜੀ, ਸੋ ਦਿਲਬਾਗ ਭਾਜੀ, ਤੁਹਾਡਾ ਬਹੁਤ ਅੱਛਾ ਇੱਕ ਤਰ੍ਹਾਂ ਦਾ ਕੁਐਸਚਨ ਵੀ ਹੈਗਾ ਇਹਦੇ ਵਿੱਚ। ਦੇਖੋ, ਇਸ ਤਰ੍ਹਾਂ ਹੈਗਾ ਕਿ ਅਕਸਰ ਕਾਫੀ ਸਾਲ ਤੋਂ ਜਦੋਂ ਮੈਂ ਕੰਮ ਕਰ ਰਿਹਾ ਉਹਦੇ ਵਿੱਚ ਮੈਂ ਇੱਕ ਗੱਲ ਇਹ ਦੇਖੀ ਹੈ ਵੀ ਕਈ ਕਲਾਇੰਟ ਸਾਡੇ ਐਸੇ ਹੈਗੇ ਵੀ ਜਿਹੜੇ ਉਹ ਕਈ ਸਿੱਧੇ ਬੈਂਕਾਂ 'ਚ ਚਲੇ ਜਾਂਦੇ ਨੇ ਲੋਨ ਕਰਾਉਣ ਨੂੰ, ਔਰ ਐਪਲੀਕੇਸ਼ਨ ਲਾ ਦਿੰਦੇ ਨੇ ਵਿੱਚ, ਜਿਹਦੇ ਵਿੱਚ ਕੋਈ ਗਲਤ ਗੱਲਬਾਤ ਨਹੀਂ ਹੈਗੀ ਵੀ ਉੱਥੇ ਮੈਂ ਐਪਲੀਕੇਸ਼ਨ ਲਾਈ ਸੀਗੀ, ਔਰ ਕਈ ਵਾਰੀ ਉਹ ਐਪਲੀਕੇਸ਼ਨ ਚੱਲਦੀ ਰਹਿੰਦੀ ਹੈ 3, 6, 2 ਮਹੀਨੇ, 3 ਮਹੀਨੇ, 4 ਮਹੀਨੇ ਵੀ ਕਿਤੇ ਚੱਲਦੀ ਹੈ, ਲੇਕਿਨ ਉਹ 4 ਕੁ ਮਹੀਨੇ ਬਾਅਦ ਕਈ ਵਾਰੀ ਉਹ ਬੈਂਕ ਤੁਹਾਨੂੰ ਕਹਿ ਦਿੰਦਾ ਵੀ ਤੁਹਾਡੇ ਨਾਲ ਲੋਨ ਅਸੀਂ ਨਹੀਂ ਕਰ ਸਕਦੇ ਜਾਂ ਸਾਨੂੰ ਕੋਈ ਪ੍ਰੋਬਲਮ ਹੈਗੀ ਆ ਵੀ ਆਹ ਰੀਜ਼ਨ ਹੈਗਾ ਅਸੀਂ ਨਹੀਂ ਕਰ ਸਕਦੇ। ਸੋ ਉਹ ਬੈਂਕਾਂ ਕੋਲੋਂ ਐਕਚੁਅਲੀ ਕਲਾਇੰਟਸ ਹੁੰਦਾ ਬਹੁਤ ਹੈ, ਅਤੇ ਉਹ ਇੰਨੀ ਕਹਿ ਲਓ ਵੀ ਦਰਦ ਨਹੀਂ ਲੈਂਦੇ, ਇੰਨੀ ਪੇਨ ਨਹੀਂ ਲੈਂਦੇ ਵੀ ਤੁਹਾਡੀ ਗੱਲ ਨੂੰ ਸਮਝਣ ਜਾਂ ਤੁਹਾਡਾ ਕੋਈ ਹਾਲ ਲੱਭਣ ਜਾਂ ਕੋਈ ਤੁਹਾਨੂੰ ਤਰੀਕਾ ਦੱਸਣ ਕਿ ਇੱਦਾਂ ਵੀ ਹੋ ਸਕਦਾ ਤੁਸੀਂ ਫਿਰ ਵੀ ਕੁਆਲੀਫਾਈ ਕਰ ਸਕਦੇ ਹੋ। ਹੁਣ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦਿੰਦਾ,
ਸਾਡੇ ਕੋਲ ਬੜੀਆਂ ਫੈਮਿਲੀਆਂ ਆਉਂਦੀਆਂ ਨੇ ਐਲਏ ਤੋਂ, ਮੱਡਸ ਤੋਂ, ਲੈਥਰੋਪ, ਯੂਬਾ ਸਿਟੀ, ਆਹਦੇ ਸ਼ਹਿਰਾਂ ਤੋਂ। ਭਾਜੀ ਅਸੀਂ ਨਾ 6 ਮਹੀਨੇ ਪਹਿਲਾਂ ਘਰ ਬੁੱਕ ਕਰਾਇਆ ਸੀਗਾ ਤੇ ਉਦੋਂ ਅਸੀਂ ਘਰ ਦੇ ਡਿਪੋਜ਼ਿਟ ਦਿੱਤਾ ਸੀ, ਘਰ ਨਵਾਂ ਬਣਦਾ ਸੀ, ਹੁਣ ਮਹੀਨਾ ਰਹਿ ਗਿਆ ਘਰ ਬਣਨ ਨੂੰ ਕੰਪਲੀਟ ਕਰਨ ਨੂੰ, ਪਰ ਸਾਡੇ ਜਿਹੜਾ ਲੈਂਡਰ ਸੀਗਾ ਉਹ ਕਹਿੰਦਾ ਵੀ ਸਾਡਾ ਲੋਨ ਨਹੀਂ ਹੋਣਾ ਤੇ ਉਹ ਸਾਨੂੰ ਕਹਿੰਦੇ ਵੀ ਅਸੀਂ ਤੁਹਾਡਾ ਜਿਹੜਾ ਘਰ ਦਾ ਕੰਟਰੈਕਟ ਆ ਉਹ ਕੈਂਸਲ ਕਰ ਦੇਣਾ। ਔਰ ਇਹਨਾਂ ਮਾਮਲਿਆਂ ਦੇ ਵਿੱਚ ਮੰਗਲਵਾਰੀ ਮੈਂ ਕਈ ਲੋਕਾਂ ਦੀ ਸਹਾਇਤਾ ਕੀਤੀ ਹੈ ਔਰ ਆਲਮੋਸਟ ਕਾਫੀ ਅੱਛੀ ਪਰਸੈਂਟੇਜ ਦੇ ਵਿੱਚ ਅਸੀਂ ਲੋਕਾਂ ਦੇ ਉਹ ਜਿਹੜੇ ਘਰ ਜਿਹੜੇ ਉਹਨਾਂ ਦੇ ਬਿਲਡਰ ਦੇ ਕਹਿੰਦੇ ਸੀ ਨਹੀਂ ਬਣਨਾ ਤਾਂ ਲੋਨ ਨਹੀਂ ਹੋਣਾ, ਅਸੀਂ ਲੋਨ ਕੀਤੇ ਹੈਗੇ। ਹੁਣ ਤੁਸੀਂ ਕਹੋ ਵੀ ਉਹ ਕਿੱਦਾਂ ਲੋਨ ਕੀਤੇ ਹੈਗੇ, ਉਹ ਗੱਲ ਸਿਰਫ ਇੱਥੋਂ ਆਉਂਦੀ ਗੱਲ ਸਮਝਣ ਦੀ ਹੁੰਦੀ ਹੈ। ਇਹ ਜਿਹੜੀਆਂ ਮੈਂ ਗੱਲਾਂ ਦੇਖੀਆਂ ਇਹਦੇ ਵਿੱਚ ਕਮਿਊਨੀਕੇਸ਼ਨ ਗੈਪ ਬੜਾ ਵੱਡਾ ਹੈਗਾ। ਲੈਂਡਰ ਕੋਈ ਚੀਜ਼ ਮੰਗਦਾ, ਤੁਸੀਂ ਉਹ ਚੀਜ਼ ਦੇਣ ਦਿਓ, ਕੋਈ ਕਾਰਜ ਕਹਿ ਲਓ ਵੀ ਸਹੀ ਨਹੀਂ ਹੈਗਾ ਜਾਂ ਕੋਈ ਉਹਦੇ ਵਿੱਚ ਗੱਲ ਲੈਂਡਰ ਨੂੰ ਨਹੀਂ ਸਮਝ ਲੱਗਦੀ ਤੇ ਉਹ ਲੈਂਡਰ ਉਸੇ ਵੇਲੇ ਖੜਾ ਫਟਾਫਟ ਤੁਹਾਨੂੰ ਨਾ ਕਰ ਦਿੰਦਾ ਵੀ ਚਲੋ ਕੋਈ ਨੀ ਉਹਨਾਂ ਨੂੰ ਨਾ ਕਰ ਦਿਓ, ਕੋਈ ਕਿਸੇ ਹੋਰ ਨੂੰ ਘਰ ਵੇਚਣੇ। ਅੱਜ ਕੱਲ੍ਹ ਤੇ ਵੈਸੇ ਵੀ ਉਹ ਜਿਹੜੇ ਬਿਲਡਰ ਹੈਗੇ ਇੱਡੀ ਜਲਦੀ ਨਾ ਕਰਦੇ ਕਿਉਂਕਿ ਘਰਾਂ ਦੀ ਵੈਲਿਊ ਗਈ ਹੈ ਵੱਧ। ਜਿਹੜੇ ਘਰ ਅੱਜ ਤੋਂ 8 ਮਹੀਨੇ ਪਹਿਲਾਂ ਬੁੱਕ ਹੋਏ ਸੀ ਨਾ ਬਾਬਾ ਜੀ, ਉਹਨਾਂ ਦੀ ਜਿਹੜੀ ਵੈਲਿਊ ਹੈ 70-80 ਹਜ਼ਾਰ ਘਰਾਂ ਦੀ ਵੈਲਿਊ ਵੱਧ ਗਈ ਹੈ। ਤੇ ਉਹ ਛੋਟੀ ਜਿਹੀ ਗੱਲ ਪਿੱਛੇ ਜੇ ਤੁਹਾਨੂੰ ਨਾ ਕਰਨਾ ਤੁਸੀਂ ਘਬਰਾ ਜਾਂਦੇ ਵੀ ਸਾਡਾ ਲੋਨ ਨਹੀਂ ਹੋਣਾ ਤੇ ਉੱਥੇ ਉਸੇ ਵੇਲੇ ਉਹ ਕਹਿ ਲਓ ਵੀ ਕੈਂਸਲੇਸ਼ਨ ਦੇ ਪੇਪਰ ਹੀ ਭੇਜ ਦਿੰਦਾ। ਸਰ ਮੈਂ ਇਹ ਸਭ ਨੂੰ ਇਹ ਕਹਿਣਾ ਚਾਹੁੰਦਾ ਜੇ ਤੁਹਾਡੀ ਕੋਈ ਇਹੋ ਜਿਹੀ ਸਿਚੁਏਸ਼ਨ ਬਣੀ ਹੋਈ ਵੀ ਤੁਹਾਨੂੰ ਐਂਡ ਦੇ ਵਿੱਚ ਕੋਈ ਕਹਿ ਰਿਹਾ ਵੀ ਤੁਹਾਡਾ ਲੋਨ ਨਹੀਂ ਹੋ ਸਕਦਾ ਤੇ ਇੱਕ ਵਾਰੀ ਉਹਦੇ ਬਾਰੇ ਵੀ ਤੁਸੀਂ ਸਾਨੂੰ ਸਲਾਹ ਕਰ ਲਓ। ਸਲਾਹ ਦਾ ਕੋਈ ਲੱਗ ਮੈਂ ਪਹਿਲਾਂ ਵੀ ਕਿਹਾ ਸੀਗਾ ਇਹਦਾ ਕੋਈ ਖਰਚਾ ਤੁਹਾਨੂੰ ਫਾਇਦਾ ਹੀ ਹੋਊਗਾ, ਕੁਝ ਨਾ ਕੁਝ ਨੌਲੇਜ ਤੁਹਾਨੂੰ ਵੱਧ ਜੂਗੀ ਜਾਂ ਤੁਹਾਨੂੰ ਪਤਾ ਚੱਲ ਜੂਗਾ ਵੀ ਤੁਹਾਡਾ ਲੋਨ ਹੋ ਸਕਦਾ। ਤੇ ਅਸੀਂ ਉਹਨਾਂ ਮਾਮਲਿਆਂ 'ਚ ਮੈਂ ਬਹੁਤ ਹੈਲਪ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਹਰ ਇੱਕ ਬੰਦੇ ਦਾ ਜੋ ਵੀ ਜਿਹੜਾ ਉਹਨਾਂ ਨੇ ਡਿਸੀਜਨ ਲਿਆ ਸੀ ਉਹ ਪੂਰਾ ਹੋ ਜਾਵੇ ਜੀ। ਬਿਲਕੁਲ ਬਿਲਕੁਲ ਤੁਸੀਂ ਠੀਕ ਕਿਹਾ, ਕਿਉਂਕਿ ਜਿਹੜੀਆਂ ਵੱਡੀਆਂ ਬੈਂਕਸ ਹੁੰਦੀਆਂ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਕੋਲ ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ ਦੇ ਵਿੱਚ ਐਪਲੀਕੇਸ਼ਨ ਆਈਆਂ ਹੁੰਦੀਆਂ ਤੇ ਉਹਨਾਂ ਨੂੰ ਅਗਰ ਕੋਈ ਵੀ ਕਮਜ਼ੋਰੀ ਕਿਤੇ ਕੋਈ ਨਜ਼ਰ ਆਈ ਉਹਨੇ ਡਿਨਾਇਲ ਤੁਹਾਨੂੰ ਭੇਜਤਾ ਤੇ ਤੁਸੀਂ ਮਾਯੂਸ ਹੋ ਜਾਂਦੇ ਹੋ। ਜ਼ੈਂਡਰ ਮੋਰਗੇਜ ਦੀ ਜਿਹੜੀ ਖਾਸੀਅਤ ਇਹ ਹੈ ਕਿ 1-to-1 ਮੈਨ ਟੂ ਮੈਨ ਤੁਸੀਂ ਸਾਹਮਣੇ ਬੈਠ ਕੇ ਇੱਕ ਇੱਕ ਸਵਾਲ ਪੁੱਛ ਅਤੇ ਦੱਸ ਸਕਦੇ ਹੋ ਅਤੇ ਉਹ ਫਿਰ ਜਿਹੜੀ ਵੀ ਕੋਈ ਪ੍ਰੋਬਲਮ ਤੁਹਾਡੇ ਲੋਨ ਦੇ ਦੌਰਾਨ ਪਈ ਸੀ ਚੇਮਾ ਸਾਹਿਬ ਉਹਨੂੰ ਸੋਲਵ ਕਰ ਦੇਣਗੇ ਅਤੇ ਤੁਹਾਨੂੰ ਲੋਨ ਕਰਵਾ ਦੇਣਗੇ। ਸੋ ਬਿਲਕੁਲ ਮਾਯੂਸ ਹੋਣ ਦੀ ਲੋੜ ਨਹੀਂ ਹੈ। ਖਾਸ ਤੌਰ 'ਤੇ ਅੱਜ ਦੇ ਦਿਨਾਂ ਦੇ ਵਿੱਚ ਅਗਰ ਅਸੀਂ ਅਪਾਰਟਮੈਂਟ ਦੇ ਵਿੱਚ ਰਹਿ ਕੇ ਆਪਣੇ ਚਿੰਮਾ ਸਾਹਿਬ ਫਰੈਜ਼ਨੋ ਦੀ ਗੱਲ ਕਰੀਏ ਤਾਂ ਐਵਰੇਜ 1000 ਤੋਂ 1500 ਟੂ ਬੈਡਰੂਮ ਅਪਾਰਟਮੈਂਟ ਦਾ ਜਿਹੜਾ ਰੈਂਟ ਚੱਲ ਰਿਹਾ ਅਤੇ ਓਨੇ ਕੁ ਪੈਸਿਆਂ ਦੇ ਵਿੱਚ ਤੁਸੀਂ 3 ਬੈਡਰੂਮ ਘਰ ਲੈ ਸਕਦੇ ਹੋ ਅਤੇ ਫਿਰ ਕਿਉਂ ਨਹੀਂ ਤੁਸੀਂ ਮਤਲਬ ਘਰ ਲੈ ਲਓ। ਅਤੇ ਉਹਦੇ ਵਾਸਤੇ ਜ਼ਰੂਰ ਜਿਹੜਾ ਸਕਰੀਨ 'ਤੇ ਨੰਬਰ ਲਿਖਿਆ ਆ ਰਿਹਾ ਤੁਸੀਂ ਕਾਲ ਕਰਕੇ ਚਿੰਮਾ ਸਾਹਿਬ ਉਹਨਾਂ ਦੇ ਨਾਲ ਰਾਬਤਾ ਕਾਇਮ ਕਰੋ ਅਤੇ ਇਹਨਾਂ ਦੇ ਆਫਿਸ 'ਚ ਤੁਸੀਂ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ। ਅਤੇ ਦੂਸਰੀ ਗੱਲ ਇੱਕ ਚਿੰਮਾ ਸਾਹਿਬ ਜਿਹੜੀ ਮੈਂ ਪੁੱਛਣੀ ਚਾਹਾਂਗਾ ਕਿ ਗੌਰਮੈਂਟ ਨੇ ਜਿਹੜੇ ਪਿੱਛੇ ਜੇ ਹੈਲਪ ਕਰਨ ਲਈ ਘਰਾਂ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਸੀ ਉਹਨਾਂ ਨੂੰ ਉਹਨਾਂ ਨੇ ਹੈਲਪ ਕੀਤੀ ਕੋਈ ਪ੍ਰੋਗਰਾਮ ਜਿਹੜਾ ਕਿ ਉਹਦਾ ਨਾਮ ਹੈਗਾ ਫੋਰਬੇਰੈਂਸ ਸਮਥਿੰਗ ਲਾਈਕ ਦੈਟ। ਹਾਂਜੀ ਫੋਰਬੇਰੈਂਸ ਹਾਂਜੀ। ਉਹ ਅਗਰ ਲੋਕਾਂ ਨੇ ਅਪਲਾਈ ਕਰ ਦਿੱਤਾ ਹੈ ਅਤੇ ਥੋੜ੍ਹਾ ਸੁੱਖ ਦਾ ਸਾਹ ਲੈ ਕੇ 2-4 ਮਹੀਨਿਆਂ ਤੋਂ ਬੈਠੇ ਹੋਏ ਨੇ ਉਹਨਾਂ ਦੇ ਲਈ ਤੁਸੀਂ ਕੀ ਸਲਾਹ ਦੇਣਾ ਚਾਹੁੰਦੇ ਹੋ ਕਿ ਉਹ ਕਿਉਂਕਿ ਗਵਰਨਮੈਂਟ ਨੇ ਮੇਰਾ ਖਿਆਲ ਹੈ 2 ਕੁ ਮਹੀਨੇ ਹੋਰ ਐਕਸਟੈਂਡ ਕਰ ਦਿੱਤੇ ਆ ਕਿ ਉਹਨੂੰ ਕੰਟੀਨਿਊ ਰੱਖਣ ਅਗਰ ਉਹ ਆਪਣਾ ਘਰ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਤਾਂ ਇਹ ਚੀਜ਼ ਉਹਨਾਂ ਦੇ ਰੀਫਾਈਨੈਂਸ ਦੇ ਉੱਪਰ ਕੋਈ ਮਾੜਾ ਅਸਰ ਤਾਂ ਨਹੀਂ ਪਾ ਰਹੀ ਜੀ। ਸੋ ਦੇਖੋ ਇੱਕ ਗੱਲ ਮੈਂ ਇਹ ਕਹਿਣਾ ਚਾਹੂੰਗਾ ਵੀ ਕੋਈ ਵੀ ਕਿਸੇ ਵੀ ਟਾਈਮ ਤੁਸੀਂ ਕਿਸੇ ਵੀ ਲੈਂਡਰ ਕੋਲ ਜਾਓਗੇ ਨਾ ਉਹਨਾਂ ਨੇ ਤੁਹਾਡੀਆਂ ਕੁਆਲੀਫਿਕੇਸ਼ਨ ਦੇਖਣੀਆਂ ਸਭ ਤੋਂ ਪਹਿਲਾਂ ਵੀ ਤੁਸੀਂ ਕੀ ਕੀ ਚੀਜ਼ ਵਾਸਤੇ ਕੁਆਲੀਫਾਈ ਕਰਦੇ ਹੋ। ਹੁਣ ਜਿਹੜੀ ਫੋਰਬੇਰੈਂਸ ਸੀਗੀ ਇਹ ਐਕਚੁਲੀ ਬਣੀ ਸੀਗੀ ਵੀ ਜਿਹਨਾਂ ਨੂੰ ਜਿਹਨਾਂ ਕੋਲੋਂ ਪੇਮੈਂਟ ਨਹੀਂ ਦਿੱਤੀ ਜਾ ਰਹੀ ਹੈ ਇਸ ਵੇਲੇ ਜਾਂ ਕਿ ਜਿਹਨਾਂ ਦਾ ਕੰਮ ਬੰਦ ਹੋ ਗਿਆ ਜਾਂ ਉਹਦੀ ਇਨਕਮ ਆਉਣੀ ਬੰਦ ਹੋ ਗਈ ਹੈ ਤੇ ਉਹ ਫੋਰਬੇਰੈਂਸ ਲੈ ਸਕਦੇ ਨੇ ਤੇ ਉਹਨਾਂ ਵਿੱਚ ਹਾਰਡਸ਼ਿਪ ਆ ਗਈ ਹੈ। ਲੇਕਿਨ ਹੋਇਆ ਕੀ ਹੈ ਵੀ ਤਕਰੀਬਨ ਕਾਫੀ ਕਈਆਂ ਦੇ ਜੋਬ ਵੀ ਠੀਕ ਚੱਲਦੀ ਸੀਗੀ ਤੇ ਪੈਸੇ ਵੀ ਆਉਂਦੇ ਸੀ ਪਰ ਫਿਰ ਵੀ ਉਹਨੇ ਫੋਰਬੇਰੈਂਸ ਕਰਾ ਲਈ। ਜਦੋਂ ਤੁਸੀਂ ਰੀਫਾਈਨੈਂਸ ਵਾਸਤੇ ਐਪਲੀਕੇਸ਼ਨ ਲਾਓਗੇ ਤਾਂ ਉਹਨਾਂ ਤੁਹਾਨੂੰ ਪੁੱਛਣਾ ਵੀ ਫੋਰਬੇਰੈਂਸ ਕਰਾਈ ਸੀਗੀ ਤੁਸੀਂ ਇਨਕਮ ਘਟੀ ਸੀਗੀ ਤੁਸੀਂ ਕੁਝ ਇਨਕਮ ਤੇ ਸਾਡੀ ਠੀਕ ਠੀਕ ਰਹੀ ਚੀਜ਼ ਦੇ ਰੀਫਾਈਨੈਂਸ ਕਰਾਉਣ ਨੂੰ ਫਿਰਨੇ ਹੋਣ ਉਦੋਂ ਜਾ ਕੇ ਫਿਰ ਮਾਮਲਾ ਆ ਜਾਂਦਾ ਕਹਿੰਦੇ ਠੀਕ ਹੈ ਕੋਈ ਗੱਲ ਨਹੀਂ ਅਸੀਂ ਤੁਹਾਡੀ ਫੋਰਬੇਰੈਂਸ ਦੌਰਾਨ ਵੀ ਕਰ ਸਕਦੇ ਹਾਂ ਪਰ ਸਾਡੀਆਂ ਆਹ ਰਿਕੁਆਇਰਮੈਂਟਸ ਨੇ। ਪਹਿਲੀ ਰਿਕੁਆਇਰਮੈਂਟ ਉਹਨਾਂ ਦੀ ਇਹ ਹੈਗੀ ਹੈ ਜਿਹਨਾਂ ਦੀ ਫੋਰਬੇਰੈਂਸ ਆਲਮੋਸਟ ਕੈਂਸਲ ਹੋ ਗਈ ਹੋਈ ਹੈ ਹੁਣ ਤੱਕ ਕਹਿ ਲਓ ਵੀ ਉਹਨਾਂ ਨੇ ਦਸੰਬਰ ਦੇ ਵਿੱਚ ਪੇਮੈਂਟ ਉਹਨਾਂ ਦੀ ਲਾਸਟ ਦੇ ਕੇ ਨਹੀਂ ਦਿੱਤੀ ਸੀਗੀ ਤੇ ਹੁਣ ਉਹਨਾਂ ਨੇ ਪਿਛਲੇ 3 ਮਹੀਨੇ ਪੇਮੈਂਟ ਜਨਵਰੀ ਫਰਵਰੀ
ਮਾਰਚ ਤੇ ਕਹਿ ਲਓ ਵੀ ਅਪ੍ਰੈਲ ਦੀ ਪੇਮੈਂਟ ਵੀ ਭੇਜਤੀ ਹੈ, ਉਹ ਜਿਹੜੇ ਹੈਗੇ ਆ ਉਹ ਲੋਕ ਫੋਰਬੈਂਸ ਦੇ ਹੁਣ ਇਸ ਵੇਲੇ ਉਹ ਲੋਨ ਕਰਾ ਸਕਦੇ, ਰੀਫਾਈਨੈਂਸ ਕਰਾ ਸਕਦੇ ਆ। ਜਿਨ੍ਹਾਂ ਨੇ ਐਕਸਟੈਂਡ ਕਰਾਈ ਹੋਈ ਹੈ, ਯਾਨੀ ਕਿ ਉਹਨਾਂ ਨੇ ਫਿਰ ਹੁਣ ਵੀ ਹਲੇ ਵੀ ਫੋਰਬੈਂਸ ਹੈਗੇ ਆ, ਉਹਦੇ ਵਿੱਚ ਫਿਰ ਜਿਹੜਾ ਰੂਲ ਇਹ ਕਹਿੰਦਾ ਵੀ ਜਾਂ ਤਾਂ ਤੁਸੀਂ ਤਿੰਨ ਪੇਮੈਂਟਾਂ ਅਗਲੇ ਮਹੀਨੇ ਦੇ ਦਿਓ, ਅਪ੍ਰੈਲ ਮਈ ਜੂਨ ਦੀਆਂ ਅਤੇ ਜੁਲਾਈ 'ਚ ਕਰ ਲਿਓ, ਜਾਂ ਤੁਸੀਂ ਜਿਹੜਾ ਪਿਛਲਾ ਸਾਲ ਦੇਣ ਵਾਲਾ ਪੈਸਾ ਹੁਣ ਦੇ ਦਿਓ ਤੇ ਅਗਲੇ ਮਹੀਨੇ ਤੁਹਾਡਾ ਰੀਫੰਡ ਜਿਹੜਾ ਹੈਗਾ ਉਹ ਹੋ ਸਕਦਾ। ਅੱਛਾ ਜੀ। ਸੋ ਇਹ ਜਿਹੜੇ ਹੈਗੇ ਨੇ ਇਹ ਰੂਲ ਥੋੜ੍ਹੇ ਕੰਪਲੀਕੇਟ ਜਿਹੇ ਲੱਗਦੇ ਨੇ, ਕਈ ਦਿਲਬਾਗ ਭਾਈ ਟੀ ਵੀ 'ਤੇ ਕਹੋ ਜਾਂ ਸ਼ੋਅ 'ਚ ਕਹੋ ਨਾ ਇੱਕਦਮ ਗੱਲ ਕਹਿ ਲਓ ਵੀ ਨਹੀਂ ਸਮਝ ਲੱਗਦੀ ਪੂਰੀ ਕੀ ਗੱਲ ਹੈਗੀ ਹੈ। ਇਹਦੇ ਵਿਸਤਾਰ ਦੇ ਵਿੱਚ ਜੇ ਕੋਈ ਕੋਈ ਜਾਣਕਾਰੀ ਲੈਣਾ ਚਾਹੁੰਦਾ ਸਾਨੂੰ ਕਾਲ ਕਰਕੇ ਪੁੱਛ ਸਕਦਾ, ਲੇਕਿਨ ਫੋਰਬੈਂਸ ਜਿਹਨਾਂ ਨੇ ਕਰਾਈ ਸੀਗੀ ਜਿਹਨਾਂ ਦੀ ਖਤਮ ਹੋ ਗਈ ਹੈਗੀ ਇਸ ਵੇਲੇ, ਉਹ ਵੀ ਇਸ ਵੇਲੇ ਇਹ ਦੋ ਟਾਈਪ ਦੇ ਜਿਹੜੇ ਲੋਨ ਹੈਗੇ ਇਸ ਵੇਲੇ ਰੀਫਾਈਨੈਂਸ ਦੇ ਚੱਲ ਰਹੇ ਹਾਲੇ ਦੀ ਉਹ ਕਰਾ ਸਕਦੇ, ਤਾਂ ਮਤਲਬ ਇਹ ਨਹੀਂ ਵੀ ਉਹ ਕਰਾ ਹੀ ਨਹੀਂ ਸਕਦੇ। ਸੋ ਇਹਦੇ ਵੀ ਪ੍ਰੋਗਰਾਮ ਹੈਗੇ ਆ, ਦੇ ਕੈਨ ਕਾਲ ਅਸ ਐਂਡ ਵੀ ਕੈਨ ਗਿਵ ਮੋਰ ਡੀਟੇਲਸ ਅਬਾਊਟ ਦੈਟ ਵੀ ਉਹ ਕਿੱਦਾਂ ਹੁੰਦੇ ਆ ਜੀ। ਠੀਕ ਹੈ ਜੀ। ਅਤੇ ਦੂਸਰਾ ਜੋਬ ਜਿਹੜੀ ਹੈ ਉਹ ਇੱਕ ਫੀਲਡ ਦੇ ਵਿੱਚ ਹੀ ਉਹਨਾਂ ਨੂੰ ਦੋ ਸਾਲ ਦੇ ਜਿਹੜੇ ਪੇਪਰ ਵਰਕ ਦਿਖਾਉਣੇ ਪੈਂਦੇ ਆ, ਜਾਂ ਮੰਨ ਲਓ ਕਿਸੇ ਨੇ ਇੱਕ ਸਾਲ ਟਰੱਕ ਚਲਾਇਆ ਅਤੇ ਉਹ ਤੋਂ ਬਾਅਦ ਇੱਕ ਸਾਲ ਉਹਨਾਂ ਨੇ W2 ਅਤੇ ਕਿਸੇ ਸਟੋਰ 'ਤੇ ਕੰਮ ਕਰ ਲਿਆ ਅਤੇ ਪਹਿਲਾਂ 1099 'ਤੇ ਸੀ, ਸੋ ਇਹੋ ਜਿਹੀ ਕੰਪਲੀਕੇਸ਼ਨਸ ਦੇ ਵਿੱਚ ਵੀ ਤੁਸੀਂ ਉਹਨਾਂ ਨੂੰ ਮਤਲਬ ਕਿਤੇ ਨਾ ਕਿਤੇ ਕੁਆਲੀਫਾਈ ਕਰਵਾ ਸਕਦੇ ਹੋ। ਹਾਂਜੀ, ਇਹਦੇ 'ਚ ਇੱਦਾਂ ਹੁੰਦਾ ਜੀ, ਸਪੋਜ਼ ਕਰੋ ਹੁਣ ਕੋਈ ਬੰਦਾ ਸੀਗਾ ਉਹ ਟਰੈਕਿੰਗ ਵਿੱਚ ਸੀਗਾ, ਫੋਰ ਐਗਜ਼ਾਮਪਲ ਉਹਨਾਂ ਨੇ 1099 ਕੰਮ ਕੀਤਾ ਸੀਗਾ 2019 ਦੇ ਵਿੱਚ, ਤੇ 2020 ਦੇ ਵਿੱਚ ਵੀ ਉਹਨਾਂ ਨੇ 1099 ਦਾ ਕੰਮ ਕੀਤਾ, ਪਰ ਹੁਣ 2021 ਦੇ ਵਿੱਚ ਉਹ W2 ਲੈਂਦੇ ਨੇ, ਪਰ ਕੰਮ ਸੇਮ ਹੈ ਟਰੈਕਿੰਗ ਹੈਗਾ। ਉਹਦੇ ਵਿੱਚ ਫਿਰ ਉਹਨਾਂ ਨੇ ਪਿਛਲੇ 2 ਸਾਲ ਦੀ ਉਹ ਤੇ ਪੂਰੀ ਹੋ ਗਈ ਤੁਹਾਡੀ ਰਿਕੁਆਇਰਮੈਂਟ, ਜਿਹੜੀਆਂ ਇੰਪਲੋਇਮੈਂਟ ਦੀ ਰਿਕੁਆਇਰਮੈਂਟ ਦੇ ਵਿੱਚ ਘੱਟ ਤੋਂ ਘੱਟ 2 ਸਾਲ ਕੰਮ ਕੀਤਾ ਹੋਏ, ਕਿਉਂਕਿ ਤੁਸੀਂ ਪ੍ਰੋਫੈਸ਼ਨ ਨਹੀਂ ਬਦਲਿਆ। ਇਹਦੇ ਵਿੱਚ ਫਿਰ ਤੁਹਾਡੇ ਜਿਹੜੇ ਕਰੰਟ ਜਿਹੜੀ ਤੁਹਾਡੀ ਪੇ ਹੈਗੀ ਹੈ ਨਾ ਮੰਥਲੀ, ਜਿਹਨੂੰ ਸੈਲਰੀ ਕਹਿੰਦੇ ਹੋ ਜਾਂ ਜੋ ਵੀ ਤੁਹਾਨੂੰ ਮਿਲਦੀ ਹੈ, ਉਹਦੇ ਬੇਸ 'ਤੇ ਵੀ ਲੋਨ ਕੀਤਾ ਜਾ ਸਕਦਾ। ਸੋ ਇਟ ਇਜ਼ ਅ ਵੈਰੀ ਗੁੱਡ ਕੁਐਸਚਨ, ਕਈ ਹੁੰਦਾ ਵੀ ਯਾਰ ਮੈਂ ਹੁਣ ਚੇਂਜ ਕਰ ਲਈਏ, ਪਹਿਲਾਂ ਮੈਨੂੰ ਇੱਦਾਂ ਤਨਖਾਹ ਮਿਲਦੀ ਹੁਣ ਕਦੇ ਮੈਨੂੰ ਲੋਨ ਨਹੀਂ ਆਉਣਾ। ਇੱਕ ਗੱਲ ਅਜੇ ਖਿਆਲ ਰੱਖਿਓ ਵੀ 1099 ਤੁਸੀਂ W2 ਜਾਂਦੇ ਹੋ ਤਾਂ ਸੌਖਾ ਹੋ ਜਾਂਦਾ, W2 ਤੋਂ ਜੇ ਤੁਸੀਂ 1099 ਜਾਓ ਉਹ ਮੁਸ਼ਕਿਲ ਹੈਗਾ, ਕਿਉਂਕਿ ਉਹਦੇ ਵਿੱਚ ਫਿਰ ਤੁਹਾਨੂੰ 2 ਸਾਲ ਦਾ ਮੰਗਣਾ ਵੀ ਤੁਸੀਂ 2 ਸਾਲ ਹੋਰ ਭਰੋ 1099 ਫਿਰ ਲਾਉਣਾ ਬੱਚਾ। ਠੀਕ ਹੈ ਜੀ। ਸੀਮਾ ਸਾਹਿਬ, ਕੁਸ਼ਚਨ ਹਜੇ ਹੋਰ ਵੀ ਕਾਫੀ ਸੀ, ਸਾਡੇ ਦਰਸ਼ਕਾਂ ਦੇ ਜਿਹੜੇ ਮੈਸੇਜਿਸ ਆਏ ਨੇ ਕਾਫੀ ਕੁਛ, ਉਹ ਵੀ ਮੈਂ ਪ੍ਰੋਗਰਾਮ ਤੋਂ ਬਾਅਦ ਆਨਸਰ ਕਰੂੰਗਾ, ਪਰ ਦਰਸ਼ਕਾਂ ਨੂੰ ਮੈਂ ਬੇਨਤੀ ਕਰਦਾ ਕਿ 5599052575 ਜਿਹੜਾ ਕਿ ਨੰਬਰ ਸਕਰੀਨ 'ਤੇ ਲਿਖਿਆ ਆ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਚੀਮਾ ਸਾਹਿਬ ਹੋਰਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ। ਚੀਮਾ ਸਾਹਿਬ, ਤੁਹਾਡੇ ਤੋਂ ਇਜਾਜ਼ਤ ਮੰਗਦੇ ਹਾਂ, ਅਗਲੇ ਸੋਮਵਾਰ ਤੁਹਾਡੇ ਨਾਲ ਆਪਾਂ ਫਿਰ ਗੱਲ ਕਰਾਂਗੇ। ਉਮੀਦ ਹੈ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ, ਕਿਉਂਕਿ ਹਰ ਸੋਮਵਾਰ ਵਾਲੇ ਦਿਨ ਕੈਲੀਫੋਰਨੀਆ ਟਾਈਮ 2 ਵਜੇ ਅਸੀਂ ਚੀਮਾ ਸਾਹਿਬ ਜ਼ੈਂਡਰ ਮੌਰਗੇਜ ਅਤੇ ਰੀਅਲ ਸਟੇਟ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਅਤੇ ਕਰੰਟ ਮੁੱਦਿਆਂ 'ਤੇ ਗੱਲ ਹੁੰਦੀ ਹੈ, ਲੋਨ ਦੇ ਸੰਬੰਧ ਵਿੱਚ ਹੋਵੇ ਜਾਂ ਰੀਅਲ ਸਟੇਟ ਦੇ ਸੰਬੰਧ ਦੇ ਵਿੱਚ। ਉਮੀਦ ਹੈ ਕਿ ਤੁਹਾਨੂੰ ਅੱਜ ਦੇ ਪ੍ਰੋਗਰਾਮ 'ਚੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ, ਕਾਫੀ ਨੌਲੇਜਬਲ ਗੱਲਾਂ ਚੀਮਾ ਸਾਹਿਬ ਨੇ ਦੱਸੀਆਂ ਨੇ। ਕੋਈ ਵੀ ਗੱਲਬਾਤ ਕਰਨੀ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ, ਤੁਸੀਂ ਉਹਨਾਂ ਦੇ ਆਫਿਸ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਇੱਥੇ ਹੀ ਤੁਹਾਡੇ ਸਭ ਤੋਂ ਮੈਂ ਲਵਾਂਗਾ ਇਜਾਜ਼ਤ, ਰੱਖਿਓ ਆਪਣਾ ਬਹੁਤ ਸਾਰਾ ਖਿਆਲ, ਸਤਿ ਸ਼੍ਰੀ ਅਕਾਲ।